ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫੋਰ ਜੁਆਇਨਿੰਗ ਮੀ। ਬਿਲਕੁਲ ਆਪਣਾ ਸ਼ੁਰੂਆਤ ਕਰੀਏ ਇਸ ਸਾਲ ਦੇ ਨਵੇਂ ਕੇਸਿਸ ਤੋਂ, ਨਵੇਂ ਸਵਾਲਾਂ ਤੋਂ। ਇੱਕ ਬੜੀ ਖੂਬਸੂਰਤ ਜਿਹਾ ਸਵਾਲ ਸਾਡੇ ਕੋਲ ਹੈਗਾ। ਆਈ ਇਨ ਅ ਮਿਨਟ ਆਈਲ ਟੈਲ ਯੂ ਕਿ ਖੂਬਸੂਰਤ ਕਿਉਂ ਲੱਗ ਰਿਹਾ। ਇੱਕ ਗ੍ਰੈਂਡਮਾ ਬੜੇ ਕੰਸਰਨ ਨਾਲ ਕਹਿ ਰਹੇ ਨੇ, ਔਰ ਮੈਂ ਐਗਜੈਕਟਲੀ ਉਹਨਾਂ ਦਾ ਦੱਸਦੀ ਹਾਂ ਕੀ ਕਹਿੰਦੇ। ਕਹਿੰਦੇ ਕਿ ਅੱਜ ਕੱਲ੍ਹ ਦੇ ਪੇਰੈਂਟਸ ਕੀ ਬਹੁਤ ਜ਼ਿਆਦਾ ਫਿਕਰ ਨਹੀਂ ਕਰ ਰਹੇ, ਉਹਨਾਂ ਨੂੰ ਲੱਗਦਾ ਹੈ ਕਿ ਉਹ ਅਨਡਿਊ ਫਿਕਰ ਕਰ ਰਹੇ ਹੈ। ਐਂਡ ਨਾਲ ਹੀ ਕਹਿ ਰਹੇ ਹੈ ਕਿ ਅੱਜ ਕੱਲ੍ਹ ਜਿਹੜੇ ਪੇਰੈਂਟਸ ਹੈ ਉਹਨਾਂ ਦੇ ਕੋਲ ਜਿਹੜੇ ਰਿਸੋਰਸਿਸ ਹੈ, ਜੋ ਉਹਨਾਂ ਕੋਲ ਅਵੇਲੇਬਲ ਹੈ, ਜਿਹੜੀ ਲਗਜ਼ਰੀ ਹੈਗੀ ਹੈ ਬੱਚਿਆਂ ਨੂੰ ਪਾਲਣ ਦੀ, ਉਹ ਸਾਡੇ ਕੋਲ ਕਦੀ ਵੀ ਨਹੀਂ ਸੀ, ਉਹ ਪਹਿਲੇ ਕਦੀ ਵੀ ਨਹੀਂ ਸੀ। ਅੱਜ ਕੱਲ੍ਹ ਦਾ ਟਾਈਮ ਬੈਸਟ ਹੈ, ਪਰ ਫਿਰ ਵੀ ਉਹਨਾਂ ਦੇ ਹਿਸਾਬ ਨਾਲ ਕਿ ਹਰ ਵੇਲੇ ਜਿਹੜੇ ਪੇਰੈਂਟਸ ਹੈ ਉਹ ਇੱਕ ਨਰਵਸ ਐਂਡ 'ਤੇ ਰਹਿੰਦੇ ਆ, ਮਤਲਬ ਬਿਲਕੁਲ ਘਬਰਾਏ ਰਹਿੰਦੇ ਆ, ਐਂਕਸ਼ੀਅਸ ਰਹਿੰਦੇ ਆ ਹਰ ਵੇਲੇ। ਔਰ ਇੰਝੀ ਜਿਹੜੇ ਮੇਰੇ ਬੱਚੇ ਹੈ ਉਹ ਮੈਨੂੰ ਕਰੇਜ਼ੀ ਡਰਾਈਵ ਕਰ ਰਹੇ ਆ, ਮਤਲਬ ਦੇ ਆਰ ਡਰਾਈਵਿੰਗ ਮੀ ਕਰੇਜ਼ੀ ਇਨ ਅ ਵੇ ਕਿ ਝੱਲਾ ਕਰ ਰਹੇ ਮੈਨੂੰ, ਇੰਝ ਨਹੀਂ ਇੰਝ ਹੋਣਾ ਚਾਹੀਦਾ, ਇੰਝ ਨਹੀਂ ਇੰਝ ਹੋਣਾ ਚਾਹੀਦਾ। ਮਤਲਬ ਆਈ ਰੀਅਲੀ ਵਾਂਟ ਟੂ ਹੈਲਪ ਦੈਮ, ਪਰ ਸਮਹਾਓ ਕੁਝ ਜ਼ਿਆਦਾ ਹੀ ਫਿਕਰ ਕਰਦੇ ਹੈ ਵੀ ਅਸੀਂ ਵੀ ਬੱਚੇ ਪਾਲੇ ਹੈ ਪਰ ਇਹ ਟਾਈਮ ਕੁਝ ਹੋਰ ਹੈ। ਸਭ ਗੱਲਬਾਤ ਦੇ ਪਰਿਵਾਰ ਨੂੰ ਪੁੱਛ ਰਹੇ ਨੇ ਕਿ ਪਲੀਜ਼ ਮੈਨੂੰ ਹੈਲਪ ਕਰੋ, ਦੱਸੋ ਕਿ ਮੈਂ ਇਸ ਸਿਚੁਏਸ਼ਨ ਨੂੰ ਬੈਟਰ ਕਿਵੇਂ ਕਰ ਸਕਦੀ ਹਾਂ। ਸੋ ਇਹਨਾਂ ਦੀ ਸਿਚੁਏਸ਼ਨ ਇਹ ਹੈ ਕਿ ਇਹ ਵਰਕਿੰਗ ਸੀਗੇ ਪਿੱਛੇ, ਇਹਨਾਂ ਨੇ ਥੋੜ੍ਹੀ ਜਿਹੀ ਅਰਲੀ ਰਿਟਾਇਰਮੈਂਟ ਵੀ ਲਈ ਇਸ ਪਿੱਛੇ ਕਿ ਆਪਣੇ ਗ੍ਰੈਂਡ ਕਿਡਸ ਨੂੰ ਪਾਲਣ ਦੇ ਵਿੱਚ ਹੈਲਪ ਕਰ ਸਕਣ। ਸੋ ਕਹਿੰਦੇ ਨੇ ਕਿ ਮੈਂ ਜ਼ਿਆਦਾ ਟਾਈਮ ਘਰ ਹੁੰਦੀ ਹਾਂ, ਮੇਰੇ ਹਸਬੈਂਡ ਨੇ ਆਵਰਸ ਬਹੁਤ ਘਟਾਤੇ ਹੈ, ਸੋ ਅਸੀਂ ਦੋਨੋਂ ਹੀ ਬੱਚਿਆਂ ਵਾਸਤੇ ਅਵੇਲੇਬਲ ਹੈਗੇ ਹਾਂ, ਪਰ ਸਮਹਾਓ ਜੋ ਕੁਛ ਵੀ ਹੈ ਉਹਨਾਂ ਦਾ ਰੀਸੈਂਟਲੀ ਇੱਕ ਥਰਡ ਗ੍ਰੈਂਡ ਕਿਡ ਯੂ ਨੋ ਪੈਦਾ ਹੋਇਆ, ਐਂਡ ਮਤਲਬ ਇੱਕ ਨਿਊ ਐਂਟਰੀ ਹੋਈ ਹੈ ਫੈਮਿਲੀ ਦੇ ਵਿੱਚ। ਕਹਿੰਦੇ ਅਸੀਂ ਆਪਣਾ ਬੈਸਟ ਕਰਨਾ ਚਾਹੁੰਦੇ ਹਾਂ, ਕਰਦੇ ਹਾਂ, ਵਾਹਿਗੁਰੂ ਦੇ ਦੀ ਸ਼ੁਕਰ ਨਾਲ ਸਾਡਾ ਸਿਹਤ ਵੀ ਅੱਛੀ ਹੈ, ਵੀ ਕੈਨ ਡੂ ਇਟ, ਬਟ ਸਮਹਾਓ ਇੰਨਾ ਨਰਵਸ ਕਰ ਰਹੇ ਹੋ ਸਾਨੂੰ ਕਿ ਯੂ ਨੋ ਕੀ ਕਰਨਾ ਚਾਹੀਦਾ, ਇਹ ਇੰਝ ਨਹੀਂ ਕਰਨਾ ਚਾਹੀਦਾ। ਈਵਨ ਉਹ ਇਹਨਾਂ ਦੇ ਬੇਟੇ ਦੇ ਬੱਚੇ ਹੈ, ਬਟ ਕਹਿੰਦੇ ਬੇਟਾ ਵੀ ਬਹੂ ਵੀ ਦੋਨੋਂ ਇੰਨੇ ਇਨਵੋਲਵ ਹੈ। ਅਸੀਂ ਤਾਂ ਇਹੀ ਸੁਣਿਆ ਸੀ ਕਿ ਪੇਰੈਂਟਸ ਜ਼ਿਆਦਾ ਇਨਵੋਲਵ ਨਹੀਂ ਹੁੰਦੇ ਅੱਜ ਕੱਲ੍ਹ ਦੀ ਜਨਰੇਸ਼ਨ ਦੇ, ਔਰ ਯੂ ਨੋ ਆਪਣੇ 'ਚ ਬਿਜ਼ੀ ਹੁੰਦੇ ਆ, ਪਰ ਮੈਨੂੰ ਲੱਗਦਾ ਕਿ ਇੰਨੀਆਂ ਅੱਛੀਆਂ ਜੋਬਸ, ਇੰਨੇ ਟਾਈਮ ਕੰਜ਼ਿਊਮਿੰਗ ਜੋਬਸ ਕਰਨ ਦੇ ਬਾਵਜੂਦ ਉਹ ਦੋਨੋਂ ਇੰਨੇ ਜ਼ਿਆਦਾ ਇਨਵੋਲਵ ਹੈ ਕਿ ਕੁਝ ਜ਼ਿਆਦਾ ਇਨਵੋਲਵ ਹੈ। ਸੋ ਚੈਲੰਜਸ ਬੇਸਿਕਲੀ ਜਿਹੜੀ ਡਿਸਕਸ ਕਰਨ ਨੂੰ ਕਹਿ ਰਹੇ ਸਾਰੇ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਪੇਰੈਂਟਿੰਗ ਆਸਾਨ ਹੈ ਕਿ ਪਹਿਲੇ ਸੀਗੀ, ਉਹਨਾਂ ਦੇ ਹਿਸਾਬ ਨਾਲ ਅੱਜ ਕੱਲ੍ਹ ਆਸਾਨ ਹੈ। ਸੋ ਤੁਹਾਡਾ ਕੀ ਵਿਚਾਰ ਹੈ? ਵਾਕਈ ਆਈ ਡੋਂਟ ਨੋ, ਆਈ ਐਮ ਸ਼ੋਰ ਕਿ ਕੁਛ ਪਹਿਲੇ ਜ਼ਿਆਦਾ ਚੀਜ਼ਾਂ ਆਸਾਨ ਹੋਣੀਆਂ, ਕੁਛ ਹੁਣ ਆਸਾਨ ਹੋਣੀਆਂ, ਪਰ ਇਹਨੂੰ ਬੈਲੈਂਸ ਅਸੀਂ ਕੀ ਕਹਿ ਸਕਦੇ ਹਾਂ ਕਿ ਯੂ ਨੋ ਓਵਰਆਲ ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਜ਼ਿਆਦਾ ਆਸਾਨ ਹੈ, ਪਰ ਪਲੀਜ਼ ਜ਼ਰੂਰ ਦੱਸੋ। ਉਹਨਾਂ ਦੇ ਬੜੇ ਸਾਰੇ ਪੁਆਇੰਟਸ ਵੀ ਉਹਨਾਂ ਨੇ ਦਿੱਤੇ ਹੈ ਕਿ ਹਰ ਵੇਲੇ ਕੋਈ ਵੀ ਚੀਜ਼ ਉਹਨਾਂ ਨੇ ਕਰਨੀ ਹੈ ਉਹਨਾਂ ਕੋਲ ਗੂਗਲ ਹੈ ਕਿ ਉਹ ਫਟਾਫਟ ਪੁੱਛ ਲੈਂਦੇ ਨੇ ਕਿ ਹਾਂਜੀ ਬੱਚੇ ਨੂੰ ਇੰਝ ਕਿਵੇਂ ਕਰਨਾ, ਸ਼ਾਇਦ ਜ਼ਿਆਦਾ ਹੀ ਨੈੱਟ 'ਤੇ ਡਿਪੈਂਡ ਕਰਦੇ ਨੇ। ਸੋ ਅਸੀਂ ਜੋ ਵੀ ਕਰਦੇ ਹਾਂ ਮਤਲਬ ਡਰੇ ਰਹਿੰਦੇ ਹਾਂ ਕਿ ਕਿਤੇ ਕੀ ਕਹਿਣਗੇ ਆ ਕੇ, ਯੂ ਨੋ ਜਦੋਂ ਛੋੜ ਕੇ ਜਾਂਦੇ ਨੇ ਬੱਚੇ ਵੀ ਇਹ ਨਹੀਂ ਕੀਤਾ, ਇਹ ਨਹੀਂ ਦਿੱਤਾ, ਕਿਉਂ ਨਹੀਂ ਹੋਇਆ, ਇਸ ਤਰ੍ਹਾਂ ਨਹੀਂ ਕਰਨਾ ਸੀ। ਸੋ ਅਗਰ ਨਹੀਂ ਕਰਦੇ ਕੋਈ ਚੀਜ਼ ਤਾਂ ਲੱਗਦਾ ਕਿ ਉਹ ਕਹਿਣਗੇ ਕਿ ਕਿਉਂ ਨਹੀਂ ਕੀਤੀ। ਸੋ ਵੀ ਆਰ ਆਲਵੇਜ਼ ਲਾਈਕ, ਸਮਝ ਨਹੀਂ ਆਉਂਦੀ ਕਿ ਉਹਨਾਂ ਦਾ ਕੀ ਰਿਸਪੋਂਸ ਹੋਏਗਾ ਇਹਦੇ 'ਤੇ। ਸੋ ਆਈ ਥਿੰਕ ਆਈ ਜ਼ਰੂਰ ਜੁਆਇਨ ਮੀ ਟੂ ਯੂ ਨੋ ਟੋਕ ਅਬਾਊਟ ਦਿਸ ਕਿ ਪੇਰੈਂਟਿੰਗ ਡੈਫੀਨੇਟਲੀ ਹੁਣ ਪੇਰੈਂਟਿੰਗ ਹੋਏ ਜਾਂ ਪਹਿਲੇ ਪੇਰੈਂਟਿੰਗ ਹੋਏ ਮੁਸ਼ਕਿਲ ਹੈ ਹਮੇਸ਼ਾ ਵਾਸਤੇ ਹੀ। ਕੋਈ ਹਾਰਡ ਐਂਡ ਫਾਸਟ ਕੋਈ ਕਹਿੰਦੇ ਆ ਨਾ ਕਿ ਬੱਚੇ ਜਿਹੜੇ ਪੈਦੇ ਹੁੰਦੇ ਆ ਉਹ ਮੈਨੂਅਲਸ ਨਾਲ ਨਹੀਂ ਪੈਦਾ ਹੁੰਦੇ ਕਿ ਸਾਨੂੰ ਪਤਾ ਲੱਗ ਜਾਏ ਇਸ ਬੱਚੇ ਨੂੰ ਕਿਸ ਤਰ੍ਹਾਂ ਸੰਭਾਲਣਾ, ਐਂਡ ਐਵਰੀ ਚਾਈਲਡ ਇਜ਼ ਡਿਫਰੈਂਟ। ਸੋ ਓਵਰਆਲ ਕੀ ਤੁਹਾਡਾ ਵਿਚਾਰ ਹੈ, ਹੁਣ ਆਸਾਨ ਹੈ ਕਿ ਪਹਿਲੇ ਸੀਗਾ? ਐਂਡ ਸੈਕਿੰਡਲੀ ਇਹ ਵੀ ਕਿ ਹੁਣ ਅਗਰ ਜਿਸ ਤਰ੍ਹਾਂ ਇਹਨਾਂ ਦੀ ਸਿਚੁਏਸ਼ਨ ਹੈ ਉਹ ਗੁੱਡ ਇੰਟੈਂਸ਼ਨਸ ਹੈਗੀ ਹੈ, ਦੇ ਰੀਅਲੀ ਵਾਂਟ, ਸ਼ੀ ਰੀਅਲੀ ਵਾਂਟਸ ਟੂ ਹੈਲਪ ਵਿਦ ਹਰ ਹਸਬੈਂਡ, ਜੁਆਇਨ ਟੂਗੈਦਰ ਐਜ਼ ਅ ਟੀਮ ਕਿ ਮੈਂ ਯੂ ਨੋ ਮਦਦ ਕਰਨੀ ਹੈ, ਉਹਨਾਂ ਦਾ ਟਾਈਮ ਘੱਟ ਹੈ ਬੱਚਿਆਂ ਕੋਲ ਅਤੇ ਮੈਂ ਉਹਨਾਂ ਨੂੰ ਦੇਖਾਂ, ਬਟ ਸਮ ਹਾਓ ਇਹ ਵੀ ਜਿਹੜਾ ਉਹਨਾਂ ਦਾ ਜੈਨੂਇਨ ਇੱਕ ਕੰਸਰਨ ਹੈ
ਕਿ ਅਸੀਂ ਜੋ ਵੀ ਕਰੀਏ ਅਸੀਂ ਡਰ ਕੇ ਕਰ ਰਹੇ ਹੁੰਦੇ ਹਾਂ। ਆਪਣੇ ਆਪ ਸਾਨੂੰ ਇਹ ਨਹੀਂ ਹੁੰਦਾ ਕਿ ਹਾਂਜੀ ਇਹ ਬੱਚੇ ਨੂੰ ਚਾਹੀਦਾ, ਬੱਚੇ ਨੂੰ ਇਹ ਦੇ ਦਿਉ, ਕਿਉਂਕਿ ਉਹਨਾਂ ਨੇ ਆ ਕੇ ਜ਼ਰੂਰ ਹੁੰਦਾ ਹੈ ਕਿ ਇਹ ਨਹੀਂ ਇੰਝ ਕਰਨਾ। ਔਰ ਜਦੋਂ ਉਹ ਆਪ ਬੱਚੇ ਅਵੇਲੇਬਲ ਹੁੰਦੇ ਹੈ, ਜੋ ਉਹਨਾਂ ਨਾਲ ਕਰ ਰਹੇ ਹੁੰਦੇ ਹੈ, ਉਹ ਇੰਝ ਲੱਗਦਾ ਕਿ ਯਾਰ ਉਹ ਬਹੁਤ ਟੈਨਸ਼ਨ ਲੈ ਰਹੇ ਹੈ, ਬਹੁਤ ਸਟ੍ਰੈਸ ਲੈ ਰਹੇ ਹੈ। ਸੋ ਪਲੀਜ਼ ਥੋੜ੍ਹੀਆਂ ਜਿਹੀਆਂ ਟਿਪਸ ਵੀ ਜੋ ਵੀ ਇਸ 'ਚੋਂ ਲੰਘਿਆ ਹੈ, ਐਕਸਪੀਰੀਅੰਸ ਹੈਗਾ ਹੈ, ਉਹ ਦੱਸੋ। ਐਂਡ ਇੱਕ ਜਨਰਲੀ ਵੋਟ ਡੂ ਯੂ ਥਿੰਕ, ਇਹ ਕਿਹੜਾ ਵਰਲਡ ਹੈ ਜਿਹਦੇ ਵਿੱਚ ਯੂ ਨੋ ਓਲਡਰ ਜਨਰੇਸ਼ਨ ਸੋਚ ਰਹੀ ਹੈ ਕਿ ਆਸਾਨ ਹੈ, ਪਰ ਜਿੰਨੀ ਵੀ ਮੇਰੇ ਨਾਲ ਯੰਗ ਪੇਰੈਂਟਸ ਦੀ ਗੱਲ ਹੁੰਦੀ ਹੈ, ਉਹਨਾਂ ਨੂੰ ਲੱਗਦਾ ਕਿ ਬਹੁਤ ਮੁਸ਼ਕਿਲ ਹੈ। ਮੈਂ ਸਵੀਟ ਕਿਉਂ ਕਿਹਾ ਇਸ ਸਵਾਲ ਨੂੰ, ਮੈਨੂੰ ਸਵੀਟ ਕਿਉਂ ਲੱਗ ਰਿਹਾ, ਕਿਉਂਕਿ ਦੇਖੋ ਬੜੀਆਂ ਸਾਰੀਆਂ ਗੁੱਡ ਚੀਜ਼ਾਂ ਇਹਦੇ 'ਚੋਂ ਨਿਕਲ ਕੇ ਆ ਰਹੀਆਂ। ਇੱਕ ਤਾਂ ਕਿ ਗ੍ਰੈਂਡ ਪੇਰੈਂਟਸ ਹੈਗੇ ਆ ਨਾਲ, ਔਰ ਇੱਕ ਸੀਮਸ ਟੂ ਬੀ ਅ ਜੁਆਇੰਟ ਫੈਮਿਲੀ ਜਿੱਥੇ ਤੁਸੀਂ ਇਕੱਠੇ ਹੋ, ਯੂ ਨੋ ਇਕੱਠੇ ਰਹਿ ਰਹੇ ਹੋ, ਇੱਕ ਦੂਜੇ ਦੀ ਬੈਸਟ ਇੰਟੈਂਸ਼ਨਸ ਹੈਗੀਆਂ। ਐਂਡ ਉੱਪਰੋਂ ਫਿਰ ਸ਼ੁਕਰ ਹੈ ਬੱਚੇ ਹੈਗੇ ਹੈ ਜਿਹੜੇ ਕਿ ਯੂ ਨੋ ਕਈ ਵਾਰੀ ਅਸੀਂ ਮੰਗਦੇ ਹਾਂ, ਤੀਜਾ ਬੱਚਾ ਹੁਣੇ ਹੋਇਆ, ਸੋ ਬਹੁਤ ਬਹੁਤ ਵਧਾਈਆਂ। ਸੋ ਔਰ ਦੇਰ ਸੋ ਮੈਨੀ ਗੁੱਡ ਥਿੰਗਸ ਅਬਾਊਟ ਦਿਸ, ਡੋਂਟ ਯੂ ਥਿੰਕ ਸੋ? ਸੋ ਐਨੀਵੇ, ਇਹ ਸਾਰੀਆਂ ਚੀਜ਼ਾਂ ਨੂੰ ਯੂ ਨੋ ਧਿਆਨ ਵਿੱਚ ਦਿੰਦਿਆਂ ਹੋਇਆਂ ਅਸੀਂ ਜ਼ਰੂਰ ਇਹਨਾਂ ਨੂੰ ਦੱਸੀਏ ਕਿ ਆਫਟਰ ਆਲ ਕਿਹੜੀ ਚੀਜ਼ ਹੈ ਜਿਹੜੀ ਕਿ ਤੁਹਾਨੂੰ ਲੱਗਦਾ ਹੈ ਕਿ ਇੱਕ ਤਾਂ ਡਿਸਕਸ਼ਨ ਪੁਆਇੰਟ ਆਫ ਵਿਊ ਨਾਲ ਕਿ ਹੁਣ ਪੇਰੈਂਟਿੰਗ ਮੁਸ਼ਕਿਲ ਹੈ ਕਿ ਪਹਿਲੇ ਸੀਗੀ, ਕੀ ਕਹਿੰਦੇ ਹੋ ਤੁਸੀਂ? ਲੈਟਸ ਸੀ ਸਾਰੇ ਕੀ ਕਹਿ ਰਹੇ, ਮੈਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਕੀ ਸੋਚਦੇ ਹੋ ਤੁਸੀਂ? ਤੇ ਬੜਾ ਅੱਛਾ ਸਵਾਲ ਆ, ਮੈਂ ਕਹਿੰਦੀ ਆ ਤੁਹਾਡੇ ਨਾਲ ਸਹਿਮਤ ਹੈਗੇ ਆ ਵੀ ਪੇਰੈਂਟਿੰਗ ਦੋਨੋਂ ਟਾਈਮ ਔਖੀ ਸੀਗੀ। ਮੈਂ ਤਾਂ ਕਹਾਂਗੀ ਹੁਣ ਸੌਖੀ ਨਹੀਂ ਹੈਗੀ ਜੀ, ਜਾਂ ਤੁਸੀਂ ਕਹਿੰਦੇ ਹੋ ਕੋਈ ਮੈਨੂਅਲ ਨਹੀਂ ਆਉਂਦੀ, ਪਰ ਪੇਰੈਂਟਿੰਗ ਹੁਣ ਕਿਉਂ ਨਹੀਂ ਸੌਖੀ, ਤੁਹਾਨੂੰ ਕੀ ਲੱਗਦਾ ਹੈ, ਕੀ ਰੀਜ਼ਨ ਹੈ? ਇੱਕ ਚੀਜ਼ ਮੈਂ ਅੱਗੇ ਵੀ ਕਹਿੰਦੀ ਆ ਵੀ ਇਸ ਮੁਲਕ ਦੇ ਵਿੱਚ ਬੱਚੇ ਪਾਲਣੇ ਸਭ ਤੋਂ ਔਖਾ ਕੰਮ ਹੈਗਾ। ਆਈ ਥਿੰਕ ਸਾਡੇ ਜਿਹੜੇ ਕਲਚਰਲ ਫਰਕ ਹੋ ਜਾਂਦੇ ਆ ਨਾ ਦੋਨੋਂ ਦੇਸ਼ਾਂ ਦੇ, ਜੀ ਜੀ ਜੀ, ਕਈ ਪੇਰੈਂਟਸ ਨੂੰ ਉਹਦਾ ਡਰ ਹੁੰਦਾ ਵੀ ਬੱਚਾ ਜ਼ਿਆਦਾ ਅਮੈਰੀਕਨਾਈਜ਼ ਨਾ ਹੋ ਜਾਏ ਜਾਂ ਇਸ ਕਲਚਰ ਦੇ ਪ੍ਰਭਾਵਿਤ ਨਾ ਹੋ ਜਾਏ, ਮਿਊਜ਼ਿਕ ਫ੍ਰੈਂਡ ਸਾਰਾ ਬੋਲ ਚਾਲ ਬਈ, ਤਾਂ ਸਾਨੂੰ ਡਰ ਲੱਗਦਾ ਥੋੜਾ ਜਿਹਾ, ਮਤਲਬ ਛੋਟੇ ਮੇਰੀ ਬੇਟੀ ਦੀ ਇੱਥੇ ਆ, ਮੇਰੇ ਡੈਡ 50 ਸਾਲ ਇੱਥੇ ਹੋ ਗਏ, ਪਰ ਫੇਰ ਵੀ ਨਾ ਕਿਉਂਕਿ ਉਹ ਮਾਮ ਡੈਡ ਉੱਥੇ ਪਲੇ ਸੀਗੇ, ਮੈਂ ਸੀਗੀ ਬੇਟੀ, ਹੁਣ ਜਦੋਂ ਟੀਨੇਜਰ ਸੀਗੀ ਜਾਂ ਹਾਈ ਸਕੂਲ ਚ ਮੰਮੀ ਨੂੰ ਉਹਦੇ ਕੱਪੜੇ ਯੂ ਨੋ ਜੋ ਪਾਇਆ ਹੁੰਦਾ ਸੀ ਬਾਹਰ ਜਾ ਰਹੀ ਹੈ ਸਹੇਲੀਆਂ ਨਾਲ ਅੱਛਾ ਨਹੀਂ ਲੱਗਦਾ ਸੀ। ਫਿਰ ਮੈਂ ਆਈ ਥਿੰਕ ਬੈਲੈਂਸ ਕਰਦੀ ਸੀਗੀ, ਮੈਂ ਕਹਿੰਦੀ ਸੀ ਕੋਈ ਨਾ ਯੂ ਨੋ, ਉਹ ਜ਼ਿਆਦਾ ਫਿਕਰ ਕਰਦੇ ਸੀ ਯੂ ਨੋ ਬਈ ਫੇਸਬੁੱਕ ਆਈ ਤੇ ਉਹਦੇ ਯੂ ਨੋ, ਪਰ ਉਹ ਮੇਰਾ ਰੂਲ ਸੀਗਾ ਬਈ ਜਿੱਥੇ ਤੂੰ ਜਾ ਰਹੀ ਆ ਮੈਂ ਤੈਨੂੰ ਟਰਸਟ ਕਰ ਰਹੀ ਆ, ਮੈਨੂੰ ਤੇਰੇ ਸਹੇਲੀਆਂ ਦੇ ਸੈੱਲ ਫੋਨ ਨੰਬਰ ਚਾਹੀਦੇ, ਮਤਲਬ ਆਪਣਾ ਮਾਹੌਲ ਓਹੋ ਜਿਹਾ ਬਣਾਓ ਜਿੱਥੇ ਬੜੀ ਓਪਨ ਕਮਿਊਨੀਕੇਸ਼ਨ ਹੈਗੀ ਆ, ਬੱਚਾ ਤੁਹਾਨੂੰ ਟਰਸਟ ਕਰਦਾ, ਕੋਈ ਵੀ ਗੱਲ ਆ ਕੇ ਕਰ ਸਕਦਾ। ਬਿਲਕੁਲ ਠੀਕ ਹੈ ਜਸਪ੍ਰੀਤ, ਪਰ ਉਹ ਥੋੜੀ ਜਿਹੀ ਸਟੇਜ ਆਏਗੀ, ਇਹ ਗੱਲ ਕਰ ਰਹੇ ਨੇ ਕਿ ਯੰਗ ਪੇਰੈਂਟਸ ਦੀ। ਬਿਲਕੁਲ, ਜਦੋਂ ਪੇਰੈਂਟ ਬਣਦੇ ਆ ਨਾ ਤੇ ਇਹਨਾਂ ਦਾ ਕਹਿਣਾ ਹੈ ਕਿ ਉਹ ਇੰਨੇ ਨਰਵਸ ਹੁੰਦੇ ਆ ਔਰ ਸਾਨੂੰ ਵੀ ਨਰਵਸ ਕਰ ਰਹੇ ਆ, ਇੰਨੇ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿ ਬਈ ਬੱਚੇ ਨੇ ਇਹ ਖਾਦਾ ਕਿ ਨਹੀਂ ਖਾਦਾ, ਬਾਕੀ ਬੱਚੇ ਇਹ ਕਰ ਰਹੇ। ਯੁੱਗ ਵੀ ਐਸਾ ਹੈ, ਇੱਕ ਇਹ ਜਿਹੜਾ ਸੋਸ਼ਲ ਮੀਡੀਆ ਦਾ ਵਰਲਡ ਹੈ ਨਾ, ਉਹ ਸਾਰੇ ਜਿਹੜੇ ਫੇਸਬੁੱਕ ਤੇ ਆਪਣੇ ਬੱਚਿਆਂ ਦੀਆਂ ਪਿਕਚਰਸ ਪਾਉਂਦੇ ਆ ਨਾ, ਉਹ ਬਿਲਕੁਲ ਹੈਪੀ ਚਾਈਲਡ, ਉਹ ਜੀ ਵਾਕ ਕਰ ਰਿਹਾ, ਉਹ ਇਹ ਕਰ ਰਿਹਾ, ਕੋਈ ਰੋਂਦੇ ਬੱਚੇ ਦੀ ਤਾਂ ਪਾਉਂਦਾ ਨਹੀਂ।
ਇਹਨਾਂ ਜ਼ਿਆਦਾ ਹੁਣ ਸਟ੍ਰੈਸ ਨਹੀਂ ਲੈਣਾ ਚਾਹੀਦਾ, ਬੱਚੇ ਬਹੁਤ ਛੋਟੇ ਆ ਹਲੇ। ਜੀ ਜੀ ਜੀ, ਬਹੁਤ ਵਧੀਆ ਜਸਪ੍ਰੀਤ, ਕੁਛ ਹੋਰ ਵੀ ਧਿਆਨ ਆਏ ਜ਼ਰੂਰ ਕਾਲ ਕਰਿਓ। ਐਂਡ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਕਹਾਂਗੀ ਕਿ ਜ਼ਰੂਰ ਮੈਨੂੰ ਦੱਸੋ ਕਿ ਸਪੈਸ਼ਲੀ ਇਹ ਯੰਗ ਪੇਰੈਂਟਸ ਜਿਹੜੇ ਹੁਣੇ ਪੇਰੈਂਟਸ ਬਣੇ ਹੈ, ਜਿਸ ਤਰ੍ਹਾਂ ਇਹ ਤਾਂ ਓਵਰਵੈਲਮਿੰਗ ਵੀ ਲੱਗ ਰਿਹਾ ਥੋੜ੍ਹਾ, ਕੋਈ ਵੀ ਓਵਰਵੈਲਮਡ ਹੋ ਸਕਦਾ ਹੈ ਅਗਰ ਪੇਰੈਂਟਸ ਨੇ ਜੋਬਸ ਵੀ ਜੁਆਇਨ ਕਰ ਲਈਆਂ ਵਾਪਸ ਔਰ ਉਹ ਬੈਸਟ ਬੱਚਿਆਂ ਵਾਸਤੇ ਵੀ ਕਰਨਾ ਚਾਹ ਰਹੇ ਹੈ ਐਂਡ ਗ੍ਰੈਂਡ ਪੇਰੈਂਟਸ ਵੀ ਲੱਗੇ ਹੋਏ ਹੈ ਔਰ ਤਿੰਨ ਬੱਚੇ ਵਿਦ ਇਨ ਅ ਸਪੈਨ ਆਫ 5-6 ਈਅਰਸ, ਇਟਸ ਅ ਲੋਟ, ਯੂ ਨੋ, ਇਟਸ ਲੋਟ ਆਫ ਵਰਕ, ਫਿਜ਼ੀਕਲ ਵਰਕ, ਇਮੋਸ਼ਨਲ, ਯੂ ਨੋ, ਕਿੰਨਾ ਤੁਹਾਡੀਆਂ ਉੱਪਰ ਥੱਲੇ ਜਾਂਦਾ ਹੈ। ਸੋ ਆਈ ਕੈਨ ਅੰਡਰਸਟੈਂਡ ਕਿ ਇਹ ਸਿਚੁਏਸ਼ਨ ਕਿਹੜੀ ਹੈ, ਕਿ ਸਾਰੇ ਘਰ ਦੇ ਜਿਹੜੇ ਹੈ ਉਹ ਬੱਚਿਆਂ ਦੇ ਪਿੱਛੇ ਲੱਗੇ ਹੋਏ ਆ ਐਂਡ ਦੈਨ ਥੋੜ੍ਹਾ ਬਹੁਤਾ ਡਿਫਰੈਂਸ ਆਫ ਓਪੀਨੀਅਨ ਆਉਣਾ ਕਿ ਚਿਲ ਯਾਰ, ਇੱਕ ਬੰਦਾ ਕਹਿ ਰਿਹਾ ਕਿ ਇਟਸ ਓਕੇ ਇੰਜ ਹੋ ਗਿਆ ਅਤੇ ਦੂਸਰਾ ਯੂ ਨੋ ਸੋਚ ਰਿਹਾ ਕਿ ਨਹੀਂ ਇੰਜ ਇੰਜ ਹੀ ਹੋਣਾ ਚਾਹੀਦਾ ਬਿਕੋਜ਼ ਅੱਜ ਕੱਲ੍ਹ ਦੀਆਂ ਬੁੱਕਸ, ਅੱਜ ਕੱਲ੍ਹ ਦਾ ਯੂ ਨੋ ਰੀਸਰਚਿਸ, ਬਹੁਤ ਕੁਛ ਪੇਰੈਂਟਿੰਗ ਦੇ ਬਾਰੇ ਕਹਿਣ ਨੂੰ ਉਹਨਾਂ ਕੋਲ ਹੈਗਾ। ਸੋ ਯੰਗ ਪੇਰੈਂਟਸ ਪੜ੍ਹ ਵੀ ਬਹੁਤ ਰਹੇ ਹੈ ਕਿ ਬੱਚੇ ਨੂੰ ਕਿਸ ਤਰ੍ਹਾਂ ਪਾਲਣਾ ਚਾਹੀਦਾ ਹੈ, ਯੂ ਨੋ, ਉਹਨੂੰ ਸ਼ੁਰੂ 'ਚ ਹੀ ਬਹੁਤ ਸਾਰਾ ਕੁਛ ਸਿਖਾਉਣਾ। ਸੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਪਹਿਲੇ ਤਾਂ ਇਹਦੇ ਬਾਰੇ ਗੱਲ ਕਰੀਏ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਅੱਜ ਪੇਰੈਂਟਿੰਗ ਬਾਰੇ, ਖਾਸ ਤੌਰ 'ਤੇ ਇੱਕ ਦਾਦੀ ਵੱਲੋਂ ਜਿਹੜੀ ਸਾਡੇ ਕੋਲ ਗੱਲ ਆਈ ਹੈ ਕਿ ਅੱਜ ਕੱਲ੍ਹ ਦੇ ਪੇਰੈਂਟਸ ਬਹੁਤ ਜ਼ਿਆਦਾ ਨਰਵਸ ਔਰ ਐਂਸ਼ੀਅਸ ਨੇ। ਉਹ ਕਹਿੰਦੇ ਨੇ ਕਿ ਨਾਲ ਤਾਂ ਆਪ ਵੀ ਹੁੰਦੇ ਨੇ, ਸਾਨੂੰ ਵੀ ਕਰਦੇ ਨੇ, ਕਿਉਂਕਿ ਅਸੀਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਛੁੱਟੀਆਂ ਲਈਆਂ ਹੋਈਆਂ, ਮੇਰੇ ਹਸਬੈਂਡ ਨੇ, ਮੈਂ ਯੂ ਨੋ ਰਿਟਾਇਰਮੈਂਟ ਹੀ ਲੈ ਲਈ ਹੈ, ਬਟ ਇੰਝ ਲੱਗਦਾ ਕਿ ਸਾਨੂੰ ਦੇ ਆਰ ਝੱਲਾ ਕਰ ਦੇਣਗੇ ਬਹੁਤ ਜ਼ਿਆਦਾ ਕਿ ਇੰਝ ਨਹੀਂ, ਇੰਝ ਹੋਣਾ ਚਾਹੀਦਾ, ਇਹ ਹੋ ਰਿਹਾ। ਜਦਕਿ ਉਹਨਾਂ ਦਾ ਸੋਚਣਾ ਕਿ ਅੱਜ ਕੱਲ੍ਹ ਪੇਰੈਂਟਿੰਗ ਈਜ਼ੀ ਹੋਣੀ ਚਾਹੀਦੀ ਹੈ ਕਿਉਂਕਿ ਰਿਸੋਰਸਿਸ ਜ਼ਿਆਦਾ। ਤੁਹਾਡਾ ਕੀ ਵਿਚਾਰ ਹੈ ਜ਼ਰੂਰ ਦੱਸੋ। ਲੈਟਸ ਸੀ ਸਾਰੇ ਕੀ ਕਹਿ ਰਹੇ ਹਾਂ, ਕਿਉਂਕਿ ਹਰ ਵੇਲੇ ਦੀ ਇੱਕ ਪੇਰੈਂਟਿੰਗ ਦੀ ਜਿਹੜਾ ਇਸ਼ੂ ਰਿਹਾ, ਮੈਨੂੰ ਲੱਗਦਾ ਕਿ ਗ੍ਰੈਂਡ ਪੇਰੈਂਟ ਔਰ ਪੇਰੈਂਟ ਦੇ ਵਿੱਚ ਕਿਉਂ ਸਾਰੇ ਕਹਿੰਦੇ ਹੈ ਕਿ ਯੂ ਨੋ ਮੂਲ ਨਾਲੋਂ ਉਹ ਜ਼ਿਆਦਾ ਪਿਆਰਾ ਲੱਗਦਾ ਹੈ ਤੁਹਾਨੂੰ, ਕਿਉਂ? ਪਰ ਕਿਉਂਕਿ ਟਾਈਮ ਜ਼ਿਆਦਾ ਹੁੰਦਾ। ਸਭ ਤੋਂ ਵੱਡਾ ਜਿਹੜਾ ਘਾਟਾ ਹੈ ਜਦੋਂ ਪੇਰੈਂਟ ਹੁੰਦੇ ਹੋ ਤੁਸੀਂ, ਟਾਈਮ ਦਾ, ਔਰ ਫਿਰ ਉਹ ਸਟਰਗਲ ਜਾਂ ਤੁਸੀਂ ਉਹਦੇ ਨਾਲ ਡੀਲ ਕਿਵੇਂ ਕਰ ਰਹੇ ਹੁੰਦੇ ਹੋ, ਕਿਉਂਕਿ ਉੱਧਰੋਂ ਕਮਾ ਵੀ ਰਹੇ ਹੋ, ਉੱਧਰੋਂ ਕਰੀਅਰ ਦਾ ਵੀ ਪੀਕ ਟਾਈਮ ਹੈ, ਬੱਚਿਆਂ ਨੂੰ ਨਵੇਂ ਨਵੇਂ ਪੇਰੈਂਟਸ ਬਣੇ ਹੋ ਉਹਦਾ ਵੀ ਹੈਗਾ, ਐਂਡ ਦੈਨ ਬੈਲੈਂਸਿੰਗ ਦ ਟਾਈਮ, ਟਾਈਮ ਦੀ ਕਮੀ ਦੇ ਵਿੱਚ ਕੋਈ ਗਿਲਟ ਨਾਲ ਕੁਛ ਤਰ੍ਹਾਂ ਡੀਲ ਕਰ ਰਿਹਾ, ਕੋਈ ਓਵਰ ਕਰ ਰਿਹਾ, ਕੋਈ ਕੱਟ ਕਰ ਰਿਹਾ, ਪਰ ਗ੍ਰੈਂਡ ਪੇਰੈਂਟ ਦੇ ਟਾਈਮ 'ਤੇ ਤੁਹਾਡਾ ਐਕਸਪੀਰੀਅੰਸ ਵੀ ਵੱਧ ਚੁੱਕਾ ਹੁੰਦਾ ਔਰ ਤੁਹਾਡੇ ਟਾਈਮ ਵੀ ਇਨ ਹੈਂਡ ਕਾਫੀ ਹੁੰਦਾ। ਸੋ ਆਈ ਥਿੰਕ ਦੈਟਸ ਅ ਮੇਜਰ ਥਿੰਗ ਜਿਹੜਾ ਡਿਫਰੈਂਸ ਆਉਂਦਾ। ਬਟ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਪਾਲ ਸਿੰਘ ਬੋਲ ਰਿਹਾ, ਕੈਲੀਫੋਰਨੀਆ ਤੋਂ। ਹਾਂਜੀ ਪਾਲ ਸਿੰਘ ਜੀ, ਸਵਾਗਤ ਹੈ ਤੁਹਾਡਾ, ਦੱਸੋ ਕੀ ਕਹਿੰਦੇ ਹੋ? ਤੁਹਾਡਾ ਵੀ ਸਵਾਗਤ ਹੈ ਸਾਰੇ ਸਰੋਤਿਆਂ ਵੱਲੋਂ, ਤੇ ਬਹੁਤ ਇੰਟਰਸਟਿੰਗ ਟਾਪਿਕ ਲੈ ਕੇ ਆਏ ਤੁਸੀਂ। ਜੀ ਜੀ ਜੀ, ਗੱਲ ਇਹ ਹੈ ਕਿ ਕਹਿੰਦੇ ਸੀ ਨਾ ਬਾਪੂ ਕਹਿੰਦੇ ਸਰ ਸਦਾ ਸੁਖੀ ਰਹਿੰਦੇ ਆ, ਜਦੋਂ ਬਾਪੂ ਖਵਾਇਆ ਤਦ ਦੁੱਖ ਪਾਇਆ। ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ, ਪਰ ਇਹ ਸਹੀ ਮੈਂ ਨਹੀਂ ਮੰਨਦਾ। ਅੱਛਾ, ਕਿ ਬਾਪੂ ਕਹਿ ਕੇ ਜਿਹੜਾ ਉਹਨੂੰ ਇੰਜੋਏ ਕਰੀਏ, ਪੇਰੈਂਟਿੰਗ ਨੂੰ ਇੰਜੋਏ ਕਰੀਏ, ਗ੍ਰੈਂਡ ਪੇਰੈਂਟਿੰਗ ਨੂੰ ਇੰਜੋਏ ਕਰੀਏ ਜੀ। ਜੇ ਅਸੀਂ ਹੁਣ ਬੱਚੇ ਆ ਗਏ ਨੇ, ਅੱਗੋਂ ਗ੍ਰੈਂਡ ਕਿਡਸ ਆ ਗਏ ਨੇ, ਇਹ ਹੁਣ ਢੋਲ ਤੇ ਸਾਡੇ ਗੱਲ ਚ ਪੈ ਗਿਆ, ਤੇ ਉਹਨਾਂ ਨੂੰ ਹੱਸ ਕੇ ਵਜਾਈਏ ਜਾਂ ਰੋ ਕੇ ਵਜਾਈਏ, ਤੇ ਕੋਲ ਜਾ ਕੇ ਤਾਂ ਟੱਪਦਾ ਪਿਆ, ਦੂਰ ਦੇ ਢੋਲ ਹਮੇਸ਼ਾ ਹੀ ਸੁਹਾਵਣੇ ਲੱਗਦੇ ਨੇ, ਪਰ ਇਸ ਵੀ ਚੀਜ਼ ਨੂੰ ਇੰਜੋਏ ਕਰੀਏ। ਰਾਈਟ, ਬਿਲਕੁਲ। ਆਈ ਥਿੰਕ ਮੈਂ ਛੋਟਾ ਹੁੰਦਾ ਸਾਂ ਤੇ ਜਿਸ ਵਕਾਲੇ ਸੀ ਬੜਾ ਸੋਚਦੇ ਸੀਗੇ, ਬਾਪੂ ਜੀ ਆ ਗਏ ਨੇ, ਇਹਨਾਂ ਨੂੰ ਕੋਈ ਹੋਮਵਰਕ ਨਹੀਂ, ਦਫ਼ਤਰੋਂ ਕੰਮ ਕਰਕੇ ਆ ਗਏ ਨੇ, ਆ ਕੇ ਅਖਬਾਰ ਪੜ੍ਹ ਰਹੇ ਨੇ, ਤੇ ਅਸੀਂ ਸਾਨੂੰ ਹੋਮਵਰਕ ਹੀ ਕਰਿਆ, ਕਿੰਨੀ ਇਹਨਾਂ ਦੀ ਈਜ਼ੀ ਲਾਈਫ, ਤੇ ਹੁਣ ਸੋਚਦੇ ਆ ਕਿ ਉਹਨਾਂ ਦੀ ਲਾਈਫ ਕਿੰਨੀ ਔਖੀ ਸੀ, ਸਾਡੀ ਲਾਈਫ ਕਿੰਨੀ ਸੌਖੀ ਸੀ। ਮੇਰੇ ਫਾਦਰ ਨੇ ਨਾ ਦੋ ਮੈਂ ਉਹਨਾਂ ਦੀ ਐਗਜ਼ਾਮਪਲਾਂ ਤਾਂ ਕਿ ਟੌਪਿਕ ਤੁਹਾਡੇ ਨੂੰ ਕੁਛ ਅਸੀਂ ਇੱਕ ਦੂਜੇ ਕੋਲ ਸਿੱਖ ਸਕੀਏ ਜੀ। ਉਹ ਕਦੀ ਗੁੱਸਾ ਨਹੀਂ ਸੀ ਕਰਦੇ, ਤੇ ਮੇਰੀ ਮਦਰ ਨੂੰ ਵੀ ਹਮੇਸ਼ਾ ਜੀ ਕਰਕੇ, ਮਾਂ ਨਾਲ ਉਸ ਕਲਚਰ ਫੈਮਿਲੀ ਸੀ ਸਾਡੀ, ਉਹਨਾਂ ਨੂੰ ਹਮੇਸ਼ਾ ਜੀ ਕਰਕੇ ਬੁਲਾਉਂਦੇ ਸਨ, ਤੇ ਉਹ ਇੱਕ ਜਿਸ ਉਹ ਅਸੀਂ ਕਹਿਣਾ ਨਾ ਜੋ ਕੰਮ ਕਰਨਾ, ਉਹ ਡੰਡਾ ਲੈ ਕੇ ਨਹੀਂ ਸੀ ਦੌੜਦੇ, ਉਹ ਕਹਿੰਦੇ ਸਨ ਅੱਛਾ ਇਹ ਕੰਮ ਕਰ, ਉਹ ਗਿਣਤੀ ਕਰਦੇ ਸਨ 1-2-3, ਅੱਛਾ ਜੀ, 1-2-3, ਅੱਛਾ ਜੀ, ਹੁਣ ਇੱਕ ਵਾਰੀ ਗਲਤੀ, ਓਕੇ ਯੂ ਆਰ ਨਾਟ ਡੂਇੰਗ, ਆਮ ਅਗੇਨ ਕਾਊਂਟਿੰਗ,
1 2 3 ਉਹ ਬਸ ਤੀਜੇ ਤੱਕ ਪਹੁੰਚ ਜਾਂਦਾ ਬੰਦਾ ਜਿਹੜਾ ਸੀ ਨਾ ਉਹੀ ਚੀਜ਼ ਮੈਂ ਆਪਣੇ ਕੀ ਕਹਿੰਦੇ ਗ੍ਰੈਂਡ ਕਿਡਸ ਤੇ ਜਮਾ ਰਿਹਾ ਉਹ ਜਿਸ ਜਿੰਨੇ ਮਰਜ਼ੀ ਇੱਥੇ ਆ ਕੇ ਨਾ ਜਿਹੜਾ ਮਰਜ਼ੀ ਹੋਵੇ ਤੁਸੀਂ 1 2 3 ਦੀ ਜਿਹੜੀ ਗਿਣਤੀ ਕਰ ਦਿੰਦੇ ਆ ਨਾ ਉਹਨੂੰ ਨਾ ਜਿਹੜਾ ਉਹਦੇ ਤੇ ਗੁੱਸਾ ਹੈ ਉਹ ਚ ਕਹਿੰਦਾ ਵੀ ਹੁਣ ਇਹ ਕਰਨਾ ਹੀ ਪੈਣਾ ਹਾਂ ਟਾਈਮ ਦੇਖੀ ਉਹ ਡੰਡਾ ਚੁੱਕੇ ਨਾ ਤਾਂ ਆਪਣਾ ਨਾ ਕਰੀਏ ਕਿਉਂਕਿ ਜੀ 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 ਇਸ ਮੁਲਕਾਂ ਦੇ ਵਿੱਚ ਅਸੀਂ ਡੰਡਾ ਤੇ ਚੁੱਕ ਨਹੀਂ ਸਕਦੇ ਨਹੀਂ ਸਹੀ ਹੈ ਬੜਾ ਪਲੇਫੁਲ ਤਰੀਕੇ ਨਾਲ ਥੋੜਾ ਜਿਹੜਾ ਕਹਿਣਾ ਹੈ ਨਾ ਕਿ ਬਈ ਇੰਜੋਏ ਕਰੀਏ ਐਜ਼ ਅ ਪੇਰੈਂਟ ਆ ਐਜ਼ ਅ ਗ੍ਰੈਂਡ ਪੇਰੈਂਟ ਆ ਜੋ ਵੀ ਹੈ ਉਸ ਜਰਨੀ ਨੂੰ ਇੰਜੋਏ ਕਰੀਏ ਹਾਂ ਤਾਂ ਦੂਜੀ ਗੱਲ ਉਹ ਇਸ ਤਰ੍ਹਾਂ ਕਰਦੇ ਹੁੰਦੇ ਸਰ ਜਦੋਂ ਕੋਈ ਕਹਿਣਾ ਨਾ ਮੈਂ ਗਲਤੀ ਕਰੀ ਉਹ ਬਜਾਏ ਤੇ ਉਹ ਸਾਨੂੰ ਸਜ਼ਾ ਕਹਿੰਦੇ ਜੀ ਮੈਂ ਰੋਟੀ ਨਹੀਂ ਖਾਣੀ ਉਹ ਸੱਤਿਆਗ੍ਰਹਿ ਸ਼ੁਰੂ ਕਰ ਦੇਣ ਦੱਸੋ ਜੀ ਹੁਣ ਘਰ ਚ ਸਿਆਪਾ ਪਾ ਗਿਆ ਮਾਂ ਵੀ ਤੁਹਾਡੇ ਖਿਲਾਫ਼ ਸਾਰੇ ਜੇ ਕਿ ਤੇਰੇ ਬਾਪੂ ਤੇਰੇ ਕਰਕੇ ਰੋਟੀ ਨਹੀਂ ਖਾ ਰਿਹਾ ਜੀ ਦੱਸੋ ਉਹ ਕਹਿੰਦਾ ਚੰਗਾ ਜੀ ਬਾਪੂ ਜੀ ਜੋ ਤੁਸੀਂ ਕਹਿੰਦੇ ਹੋ ਸੱਤ ਬਚਨ ਮੈਂ ਕਰ ਦੇ ਓ ਮਾਈ ਗੋਡ ਦੈਟ ਟੈਕਟਿਕ ਉਹ ਤਾਂ ਮੁਸ਼ਕਿਲ ਹੈ ਵਰਕ ਕਰਨੀ ਇਸ ਵੇਲੇ ਇਸ ਕਰਕੇ ਅਸੀਂ ਆਪਣਾ ਹੁਣ ਦੇਖੋ ਹੁਣ ਆਮ ਇੱਕ ਗ੍ਰੈਂਡ ਪੇਰੈਂਟ ਟੂਡੇ ਠੀਕ ਹੈ ਇਹ ਸਾਡੇ ਬੱਚੇ ਜਿਹੜੇ ਨੇ ਸਾਨੂੰ ਕਲਚਰ ਅਸੀਂ ਸਾਡੇ ਸਾਨੂੰ ਅੰਗਰੇਜ਼ੀ ਆਉਂਦੀ ਜੀ ਕੋਈ ਕਾਰ ਚ ਬਹਿ ਰਹੇ ਸਾ ਉਹ ਮੈਂ ਕਿਹਾ ਗੁੱਸੇ ਚ ਕਿਹਾ ਜੀ ਟਾਈ ਯੂਅਰ ਬੈਲਟ ਉਹ ਕਹਿੰਦੀ ਇਸ ਨਾਟ ਟਾਈਂਗ ਆਫ ਦੀ ਬੈਲਟ ਇਸ ਪੁਟਿੰਗ ਆਫ ਦੀ ਬੈਲਟ ਉਹ ਮੈਂ ਕਿਹਾ ਮੇਰੀ ਬਾਤੀ ਤੂੰ ਪੁੱਟ ਕਰ ਤੇ ਇਸ ਕਰਕੇ ਇੰਜੋਏ ਕਰੀਏ ਠੀਕ ਹੈ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਹੋਰ ਜੇ ਸਾਡੇ ਹੁਣ ਗਲੇ ਪੈ ਗਿਆ ਗ੍ਰੈਂਡ ਪੇਰੈਂਟਸ ਮੈਂ ਅਖੀਰਲੀ ਗੱਲ ਕਹਿ ਕੇ ਕਰਾਂਗਾ ਜਦੋਂ ਅਸੀਂ ਛੋਟੇ ਮਤਲਬ ਫਾਦਰ ਪੇਰੈਂਟਸ ਆ ਤੇ ਅਸੀਂ ਉਹ ਆਪਣੇ ਬੱਚਿਆਂ ਨੂੰ ਸਾਡੇ ਪੇਰੈਂਟਸ ਨੇ ਪਾਲਤਾ ਡੋਂਟ ਬੀ ਅਮੈਰੀਕਨਾਈਜ਼ਡ ਆ ਇਸ ਤਰ੍ਹਾਂ ਵੈਸਟਰਨਾਈਜ਼ ਅਸੀਂ ਬੱਚਿਆਂ ਨੂੰ ਉਹਦੇ ਨਾਲ ਬੱਚਿਆਂ ਤਰ੍ਹਾਂ ਇੰਜੋਏ ਕਰੀਏ ਔਰ ਜ਼ਿੰਦਗੀ ਨੂੰ ਸਵਾਰੀ ਬਣਾਈਏ ਸਾਡੇ ਗੁਰੂਆਂ ਨੇ ਕਿਹਾ ਗ੍ਰਸਤ ਜੀਵਨ ਚ ਰਹੋ ਤੇ ਉਹਨੂੰ ਲੈ ਕੇ ਇੰਜੋਏ ਕਰੋ ਤੁਹਾਨੂੰ ਰੱਬ ਵੱਲ ਲੈ ਕੇ ਜਾਏਗਾ ਅਸੀਂ ਗੁਰਦੁਆਰੇ ਮਦਰਾ ਜਾ ਕੇ ਜੀ ਉੱਥੇ ਚੜੀਏ ਇਸ ਤਰ੍ਹਾਂ ਕਰੀ ਜਾਈਏ ਇਹਨਾਂ ਗ੍ਰੈਂਡ ਪੇਰੈਂਟਸ ਨਾਲ ਕਿਡਸ ਨਾਲ ਇਹਨਾਂ ਕੋਲ ਸਿੱਖੀਏ ਸਾਨੂੰ ਇਹ ਕਲਚਰ ਸਿਖਾਉਂਦੇ ਨੇ ਤੇ ਅਸੀਂ ਆਪਣਾ ਵੀ ਕਲਚਰ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਦੇਈਏ ਤਾਂ ਕਿ ਇੱਕ ਪਾਪਾ ਚ ਇਧਰ ਉਧਰ ਨਾ ਜਾਣ ਜੇ ਉਹਨਾਂ ਦੇ ਪੇਰੈਂਟਸ ਕਿਤੇ ਬਿਜ਼ੀ ਨੇ ਤੇ ਅਸੀਂ ਆਪਣਾ ਗ੍ਰੈਂਡ ਪੇਰੈਂਟਸ ਅਸੀਂ ਸਿੱਧ ਜਾਂਦੇ ਹਾਂ ਕਈ ਵਾਰੀ ਲੇਕਿਨ ਨਹੀਂ ਗ੍ਰੈਂਡ ਪੇਰੈਂਟਸ ਦਾ ਆਪਣਾ ਰੋਲ ਹੈ ਪੇਰੈਂਟਸ ਦਾ ਆਪਣਾ ਰੋਲ ਹੈ ਉਹਨੂੰ ਇੰਜੋਏ ਕਰੀਏ ਉਹ ਆਪਣੀ ਇੱਕ ਡਿਊਟੀ ਸਮਝ ਕਰਕੇ ਉਹਨੂੰ ਨਿਭਾਈਏ ਔਰ ਇੰਜੋਏ ਕਰੀਏ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਹੋਰ ਪੁੱਛਦੇ ਹਾਂ ਕੀ ਕਹਿ ਰਹੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਅਰੁਣ ਜੀ ਬਹੁਤ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲਿਆ ਸੀ ਤੁਸੀਂ ਵੀ ਇਸ ਤਰ੍ਹਾਂ ਪਾਲੋ ਐਸਾ ਮੁਮਕਿਨ ਨਹੀਂ ਹੈ ਠੀਕ ਹੈ ਤੁਸੀਂ ਉਹਨਾਂ ਨੂੰ ਪਿਆਰ ਕਰੋ ਠੀਕ ਹੈ ਜਦੋਂ ਅਸੀਂ ਆਪਣੇ ਬੱਚੇ ਪਾਲੇ ਸਾਡੇ ਕੋਲ ਟਾਈਮ ਨਹੀਂ ਸੀ ਇੰਨਾ ਹੁੰਦਾ ਲਾਡ ਪਿਆਰ ਕਰਨ ਵਾਸਤੇ ਤਾਂ ਅਸੀਂ ਉਹ ਸਾਰੀ ਜਿਹੜਾ ਪਿਆਰ ਹੈ ਉਹਨੂੰ ਦੇਣਾ ਚਾਹੁੰਦੇ ਹਾਂ ਲੇਕਿਨ ਉਹਦੀ ਇੱਕ ਲਿਮਿਟ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਨੇ ਅਗਰ ਤੁਹਾਨੂੰ ਇੱਕ ਵਾਰੀ ਜਵਾਬ ਦੇ ਦਿੱਤਾ ਨਾ ਫਾਰ ਮੀ ਆਈ ਕੈਨ ਸਟੈਂਡ ਦੈਟ ਇਨਸਲਟ ਚਾਹੇ ਉਹ ਬੱਚਾ 4 ਸਾਲ ਦਾ ਮੈਨੂੰ ਜਵਾਬ ਦੇਵੇ ਤੇ ਚਾਹੇ 13 ਸਾਲ ਦਾ ਦੇਵੇ ਗ੍ਰੈਮਾ ਵਾਈ ਯੂ ਡੂਇੰਗ ਦੈਟ ਵਾਈ ਯੂ ਡਿਡ ਦੈਟ ਵਾਈ ਯੂ ਓਪਨ ਮਾਈ ਕਬਰਡ ਮੈਂ ਸੁਣਨਾ ਨਹੀਂ ਚਾਹੁੰਦੀ ਇਸ ਕਰਕੇ ਮੈਂ ਬਿਲਕੁਲ ਇੱਕ ਮਜ਼ੇ ਨਾਲ ਚਾਹੁੰਦੀ ਹਾਂ ਜੋ ਕਰ ਰਹੇ ਹੋ ਕਰੋ ਤੁਹਾਡੇ ਮਾਂ ਪਿਓ ਜਾਣੇ ਤੁਸੀਂ ਜਾਣੇ ਮੈਂ ਆਪਣਾ ਪਿਆਰ ਕਰ ਦਿੰਦੀ ਹਾਂ ਉਹਨਾਂ ਨੂੰ ਆਓ ਹੈਲੋ ਜੱਫੀ ਪਾ ਲਓ ਪਿਆਰ ਕਰ ਦਿਓ ਦੈਟਸ ਇਟ ਯੂ ਨੀਡ ਸਮਥਿੰਗ ਨੋ ਗ੍ਰੈਂਡਮਾ ਫਾਈਨ ਦੈਟਸ ਇਟ ਇਹ ਮੇਰੀ ਸੋਚ ਹੈ ਬਾਕੀ ਤੁਹਾਡਿਆਂ ਦੀ ਸਭ ਦੀ ਸੋਚਾਂ ਮੈਂ ਹੁਣੇ ਸੁਣਨੀ ਹਾਂ ਮੇਰੀ ਤਾਂ ਛੋਟੀ ਜਿਹੀ ਸੋਚ ਹੈ ਕਿ ਤੁਸੀਂ ਗ੍ਰੈਂਡ ਪੇਰੈਂਟਸ ਹੀ ਬਣ ਕੇ ਰਹੋ ਜ਼ਿਆਦਾ ਤੁਸੀਂ ਉਹਨਾਂ ਦੇ ਦੁੱਲੋ ਨਹੀਂ ਹਾਂ ਨਹੀਂ ਬਹੁਤ ਵਧੀਆ ਥੈਂਕ ਯੂ ਸੋ ਮਚ ਸੁਦਰਸ਼ਨ ਜੀ ਜੋ ਵੀ ਹੈਗਾ ਬੇਸ਼ੱਕ ਤੁਹਾਡੇ ਆਪਣੇ ਵਾਸਤੇ ਹੈ ਬਟ ਇੱਕ ਰਾਈਟ ਬੈਲੈਂਸ ਇੱਕ ਬਾਉਂਡਰੀ ਜਿਹਨੂੰ ਕਹਿੰਦੇ ਹਾਂ ਅਸੀਂ ਕਿ ਉਹ ਵੀ ਜ਼ਰੂਰੀ ਹੈ ਠੀਕ ਹੈ ਉਹ ਜਿਹੜਾ ਡਿਫਰੈਂਸ ਹੈ ਨਾ ਕਲਚਰਸ ਦਾ ਡਿਫਰੈਂਸ ਕਿ ਇੱਥੇ ਪਲ ਰਹੇ ਹੈ ਬੱਚੇ ਤੁਹਾਡੇ ਬੱਚੇ ਕਿਤੇ ਹੋਰ ਪੱਲੇ ਸੀ ਜਾਂ ਈਵਨ ਜਨਰੇਸ਼ਨਲ ਡਿਫਰੈਂਸ ਜਿਹੜਾ ਕਿ ਹੁਣ ਜਨਰੇਸ਼ਨਲ ਡਿਫਰੈਂਸ ਘੱਟਦਾ ਜਾ ਰਿਹਾ ਮਤਲਬ ਡਿਫਰੈਂਸ ਨਹੀਂ ਘੱਟ ਰਿਹਾ ਪੀਰੀਅਡ ਜਨਰੇਸ਼ਨ ਦਾ ਘੱਟਦਾ ਜਾ ਰਿਹਾ 10 ਸਾਲ ਪਹਿਲੇ ਵਾਲੇ ਬੱਚੇ ਜਿਹੜੇ ਹੋਰ ਤਰ੍ਹਾਂ ਗਰੋ ਅਪ ਹੋਏ ਸੀ ਹੁਣ ਜਿਹੜੇ ਬੱਚੇ ਹੋ ਰਹੇ ਆ ਉਹ ਹੋਰ ਤਰ੍ਹਾਂ ਗਰੋ ਅਪ ਹੋ ਰਹੇ ਆ ਬਿਕੋਜ਼ ਇੰਨਾ ਫੈਸਟ ਜਿਹੜਾ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ ਸੋ ਕਹਿਣ ਦਾ ਮਤਲਬ ਹੈ ਕਿ ਯੂ ਨੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਬੜੀ ਪਿਆਰੀ ਜਿਹੀ ਬਾਉਂਡਰੀਜ਼ ਜਿਹੜੀਆਂ ਹੈ ਨਾ ਫਲੂਇਡ ਜੀਆਂ ਉਹ ਡਰਾ ਕਰਨੀਆਂ ਜ਼ਰੂਰੀ ਹੈ ਕਿ ਤੁਸੀਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਸਭ ਕੁਛ ਹੀ ਅਗਰ ਤੁਸੀਂ ਆਪ ਵੀ ਕਰਨਾ ਚਾਹੋ ਔਰ ਪੇਰੈਂਟ ਵੀ ਕਰ ਰਹੇ ਹੈ ਤਾਂ ਉਹਦੇ ਵਿੱਚ ਕੁਛ ਨਾ ਕੁਛ ਤਾਂ ਕਲੈਸ਼ ਹੋਏਗਾ ਕਿ ਅਸੀਂ ਇੰਝ ਕਰ ਰਹੇ ਹਾਂ ਉਹ ਇੰਝ ਕਰਨ ਨੂੰ ਕਹਿੰਦੇ ਹੈ ਸੋ ਇਟਸ ਆਲਵੇਜ਼ ਗੁੱਡ ਜਿਵੇਂ ਆਈ ਥਿੰਕ ਆਈ ਲਾਈਕ ਦਾ ਆਈਡੀਆ ਸੁਦਰਸ਼ਨ ਜੀ ਜਿਹੜਾ ਕਹਿ ਰਹੇ ਹਾਂ ਕਿ
ਈਵਨ ਇਫ ਕਿ ਤੁਹਾਡੀ ਸਿਚੁਏਸ਼ਨ ਐਸੀ ਹੈ ਕਿ ਕਾਫੀ ਹੈਲਪ ਕਰਨੀ ਪੈਂਦੀ ਹੈ, ਕਿਵੇਂ ਕਰਨੀ ਹੈ ਦੱਸ ਦਿਓ, ਉਸੇ ਤਰੀਕੇ ਨਾਲ ਕਰ ਦਾਂਗੇ, ਕਿਉਂਕਿ ਫਸਟ ਰਾਈਟ ਜਿਹੜਾ ਪੇਰੈਂਟਸ ਦਾ ਹੈ ਕਿ ਹਾਂ ਉਹ ਕਿਸ ਤਰ੍ਹਾਂ ਪਾਲਣਾ ਚਾਹੁੰਦੇ ਆ। ਔਰ ਵਾਕਈ ਉਹ ਜਿਹੜੀ ਡਿਸਕਸ਼ਨ ਹੈ ਮੈਨੂੰ ਲੱਗਦਾ ਕਿ ਆਸਾਨ ਨਹੀਂ ਹੈ, ਕਿਉਂਕਿ ਇੱਕ ਤਾਂ ਯੁੱਗ ਖਰਾਬ ਹੈ, ਇੱਕ ਤਾਂ ਯੂ ਨੋ ਕੰਸਰਨਸ ਜਿਹੜੇ ਆ ਰੀਅਲ ਹੈ ਕਿ ਹਾਏ ਬੜਾ ਮਾੜਾ ਟਾਈਮ ਹੈ, ਬੱਚੇ ਬਾਹਰ ਨਹੀਂ ਜਾ ਸਕਦੇ, ਬੱਚੇ ਇਕੱਲੇ ਨਹੀਂ ਜਾ ਸਕਦੇ। ਕਿਹੜਾ ਟਾਈਮ ਸੀਗਾ ਜਦੋਂ ਅਸੀਂ ਗਰੋ ਅਪ ਕਰ ਰਹੇ ਸੀ, ਅਸੀਂ ਬਾਹਰ ਖੇਡਦੇ ਸੀ ਨਾ, ਅਸੀਂ ਇਕੱਲੇ ਜਾਂਦੇ ਸੀਗੇ ਨਾ, ਸੋ ਇੰਨਾ ਪੇਰੈਂਟਸ ਫੋਨਾਂ ਨਹੀਂ ਹੁੰਦੀਆਂ ਸੀ, ਪਰ ਹਰ ਵੇਲੇ ਇੱਕ ਨਰਵਸਨੈਸ ਐਂਗਜ਼ਾਇਟੀ ਨਹੀਂ ਹੁੰਦੀ ਸੀ ਪੇਰੈਂਟਸ ਨੂੰ। ਹੁਣ ਬੱਚਾ ਬਾਹਰ ਭੇਜ ਕੇ ਜਾਂ ਇਕੱਲਾ ਜਾਂ ਕਿਤੇ ਵੀ, ਇੱਕ ਉਹਨਾਂ ਹਾਦਸਿਆਂ ਦਾ ਜਿਹੜਾ ਡਰ ਹੈ ਉਹ ਭਾਵੇਂ ਤੁਹਾਨੂੰ ਲੱਗਦਾ ਨਹੀਂ ਹੈ ਕਿ ਹਰ ਵੇਲੇ ਹੈ, ਪਰ ਇੱਕ ਬੈਕ ਆਫ ਦਾ ਮਾਇੰਡ ਹੈ ਕਿਉਂਕਿ ਕਲਚਰ ਇੰਜ ਹੋ ਗਿਆ। ਸੋ ਉਹਦੇ ਨਾਲ ਨਾਲ ਜਦੋਂ ਬਾਕੀ ਸਾਰੀਆਂ ਚੀਜ਼ਾਂ ਵੀ ਇਨਵੋਲਵ ਹੁੰਦੀਆਂ ਤਾਂ ਉਹ ਸਟ੍ਰੈਸ ਜਿਹੜਾ ਨਾ ਥੋੜ੍ਹਾ ਡਿਫਰੈਂਟ ਲੈਵਲ ਦਾ ਹੋ ਜਾਂਦਾ ਹੈ। ਹੋਰ ਗੱਲ ਕਰਦੇ ਹਾਂ, ਲੈਟ ਮੀ ਟੇਕ ਅ ਸ਼ਾਰਟ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਪੇਰੈਂਟਿੰਗ ਦੀ, ਨਾਓ ਐਂਡ ਦੈਨ, ਪਹਿਲੇ ਕਿਵੇਂ ਸੀ, ਐਂਡ ਇਹ ਜਿਹੜਾ ਡਿਫਰੈਂਸ ਕਿ ਹਾਂਜੀ ਤੁਸੀਂ ਆਪਣੇ ਗ੍ਰੈਂਡ ਪੇਰੈਂਟ ਆਪਣੇ ਪੇਰੈਂਟਸ ਤੋਂ ਹੈਲਪ ਲੈ ਰਹੇ ਹੋ ਬੱਚਿਆਂ ਨੂੰ ਗਰੋ ਅਪ ਕਰਨੇ, ਬਹੁਤ ਵਧੀਆ ਗੱਲ ਹੈ, ਬਟ ਥੋੜ੍ਹਾ ਜਿਹਾ ਉਹਨਾਂ 'ਤੇ ਟਰੱਸਟ ਵੀ ਕਰੋ ਕਿ ਉਹ ਵੀ ਜੋ ਕਰ ਰਹੇ ਹੈ ਵਧੀਆ ਹੀ ਕਰ ਰਹੇ ਹੋਣੇ, ਐਂਡ ਉਹ ਹੀ ਮੈਨੂੰ ਲੱਗਦਾ ਇੱਕ ਬੈਲੈਂਸ ਦੀ ਲੋੜ ਹੈ। ਇਹਨਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਇਹ ਰਹਿੰਦੇ ਕਿ ਹਾਏ ਬੱਚਾ ਅੱਜ ਕੱਲ੍ਹ ਸੋ ਬਹੁਤ ਰਿਹਾ, ਜੇ ਘੱਟ ਸੋ ਰਿਹਾ ਹਾਏ ਬੱਚਾ ਇਨਾਫ ਨਹੀਂ ਸੋ ਰਿਹਾ, ਬੱਚਾ ਅੱਜ ਕੱਲ੍ਹ ਖਾ ਬਹੁਤ ਰਿਹਾ, ਬੱਚਾ ਇਨਾਫ ਨਹੀਂ ਖਾ ਰਿਹਾ, ਲਾਈਕ ਹਰ ਚੀਜ਼ ਇੱਕ ਹਰ ਵੇਲੇ ਇੱਕ ਸਟ੍ਰੈਸਫੁੱਲ ਉਹਨਾਂ ਨਾਲ ਹੈ। ਸੋ ਪਾਲ ਸਿੰਘ ਜੀ ਦੀ ਗੱਲ ਬੜੀ ਵਧੀਆ ਹੈ ਕਿ ਵੀ ਨੀਡ ਟੂ ਰੀਅਲੀ ਰੀਅਲੀ ਯੂ ਨੋ ਇਨ ਅ ਵੇ ਥਿੰਕ ਕਿ ਅਸੀਂ ਇੰਜੋਏ ਕਿਵੇਂ ਕਰਨਾ ਹੈ ਪੀਰੀਅਡ। ਬਹੁਤ ਖੂਬਸੂਰਤ ਟਾਈਮ ਹੈ, ਮੈਨੂੰ ਲੱਗਦਾ ਇਟਸ ਦ ਮੋਸਟ ਬਿਊਟੀਫੁੱਲ ਟਾਈਮ ਆਫ ਮਾਈ ਲਾਈਫ, ਕਿ ਜਦੋਂ ਰੱਬ ਨੇ ਇਹ ਮੌਕਾ ਦਿੱਤਾ ਕਿ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਪਾਲ ਰਹੇ ਸੀ। ਯੂ ਨੋ ਜਸਪ੍ਰੀਤ ਇਜ਼ ਵੈਰੀ ਰਾਈਟ ਕਿ ਜਿਵੇਂ ਜਿਵੇਂ ਵੱਡੇ ਹੁੰਦੇ ਹੈ ਹੋਰ ਤਰ੍ਹਾਂ ਦੀਆਂ ਸਟ੍ਰੈਸਿਸ ਸ਼ੁਰੂ ਹੋ ਜਾਂਦੀਆਂ, ਪਰ ਛੋਟੇ ਬੱਚਿਆਂ ਨੂੰ ਪਾਲਣ 'ਚ ਪੂਰਾ ਇੰਜੋਏ ਕਰੀਦਾ। ਅਤੇ ਇਸ ਵੇਲੇ ਅਗਰ ਤੁਸੀਂ ਸਟ੍ਰੈਸ ਜ਼ਿਆਦਾ ਲਿਆ ਔਰ ਇੰਜੋਏ ਘੱਟ ਕੀਤਾ, ਗੜਬੜ ਹੈ, ਮਤਲਬ ਕੁਛ ਜ਼ਰੂਰ ਕਰ ਲੈਣਾ ਚਾਹੀਦਾ। ਲੈਟਸ ਸੀ ਹੋਰ ਕੀ ਕਹਿ ਰਹੇ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਦੱਸੋ ਕੀ ਕਹਿੰਦੇ ਹੋ। ਮੇਰੇ ਹਿਸਾਬ ਨਾਲ ਦੋ ਹੱਲ ਹੈ ਤੁਹਾਡੇ ਇਸ ਟੌਪਿਕ ਤੇ। ਹਾਂਜੀ, ਨਾ ਤਾਂ ਪਹਿਲਾਂ ਹੀ ਔਖਾ ਸੀ ਬੱਚਿਆਂ ਨੂੰ ਪਾਲਣਾ, ਤੇ ਨਾ ਹੁਣ ਹੀ ਔਖਾ ਆ, ਇਹ ਕੁਛ ਨਹੀਂ ਹੈ। ਗ੍ਰੈਂਡ ਪੇਰੈਂਟਸ ਉੱਪਰ ਯਕੀਨ ਦਾ ਨਾ ਹੋਣਾ, ਹਾਂਜੀ ਹਾਂਜੀ, ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਯਕੀਨ ਨਹੀਂ ਕਰਦੇ, ਕਿਉਂਕਿ ਤਾਂ ਟੈਕਨੋਲੋਜੀ ਬਦਲ ਗਈ। ਇਹਦਾ ਪਹਿਲਾਂ ਡਾਪਰ ਡੁਪਰ ਦਾ ਹੋਰ ਸਿਸਟਮ ਸੀ, ਅੱਜ ਕੱਲ ਹੋਰ ਹੋ ਗਿਆ। ਪੇਰੈਂਟਸ ਕੋਲ ਜ਼ਿਆਦਾ ਡਰਦੇ ਵੀ ਹੈ, ਜਿੱਦਾਂ ਤੁਸੀਂ ਕਿਹਾ ਵੀ ਬਾਹਰ ਅੰਦਰ ਜਾਣ ਤੋਂ। ਸਾਡੇ ਜਮਾਨੇ ਹੁਣ ਜਿਹੜੇ ਜਾਂ ਤਾਂ ਬੱਚਿਆਂ ਨੂੰ ਗ੍ਰਾਂਡ ਆਪਣੇ ਮਾਂ ਪਿਓ ਤੇ ਵਿਸ਼ਵਾਸ ਕਰਨਾ ਪਏਗਾ ਕਿ ਜੋ ਇਹ ਕਦੇ ਵੀ, ਇਹਨਾਂ ਦਾ ਪਤਾ ਹੀ ਹੈ ਨਾ ਬੱਚਿਆਂ ਨੂੰ ਵੀ ਸਾਨੂੰ ਜਦ ਇੰਨੀ ਸਿਕਸ਼ਾ ਦੇ ਕੇ ਇਹਨੀ ਵੱਡਾ ਕੀਤਾ ਆ, ਤਾਂ ਇਹ ਬੱਚਿਆਂ ਨੂੰ ਕਿੱਦਾਂ ਗਲਤ ਗਾਈਡ ਕਰ ਸਕਦੇ ਆ। ਜਾਂ ਤਾਂ ਉਹਨਾਂ ਨੂੰ ਯਕੀਨ ਕਰਨਾ ਪਏਗਾ, ਜਾਂ ਦੂਜਾ ਹਾਲੇ ਦਾ ਇਹ ਹੈ ਗ੍ਰੈਂਡ ਪੇਰੈਂਟਸ ਦਾ ਮੇਰੇ ਹਿਸਾਬ ਨਾਲ ਜੋ ਮੈਂ ਕਰਦਾ, ਮੈਂ ਦੂਜੇ ਵਾਲੇ ਨੂੰ ਅਪਣਾਇਆ ਜੀ, ਮੈਂ ਆਪਣੇ ਬੱਚਿਆਂ ਨੂੰ ਕਹਿਤਾ ਕਿ ਮੈਂ ਇਹਨਾਂ ਨੂੰ ਸਿਰਫ ਪਿਆਰ ਕਰ ਸਕਦਾ ਜਾਂ ਇਹਨਾਂ ਨੂੰ ਸੰਸਕਾਰ ਛੋਟੇ ਮੋਟੇ ਸੰਸਕਾਰ ਦੇ ਸਕਦਾ, ਪਰ ਪਾਲ ਨਹੀਂ ਸਕਦਾ। ਮੈਂ ਇਹਨਾਂ ਦੇ ਡਾਇਪਰ ਨਹੀਂ ਚੇਂਜ ਕਰਾਂਗਾ, ਮੈਂ ਇਹਨਾਂ ਨੂੰ ਬਾਥਰੂਮ ਨਹੀਂ ਲਿਜਾਵਾਂਗਾ, ਮੈਂ ਇਹਨਾਂ ਨੂੰ ਬਹਿਣਾ ਕਹਿਣਾ ਤੇ ਸਹਿਣਾ ਸਿਖਾ ਦਿਆਂਗਾ। ਪਰ ਮੈਂ ਜੇ ਤੁਸੀਂ ਕਹੋ, ਮੈਂ ਇੱਕ ਦਿਨ ਆਪਣੇ ਜਵਾਈ ਦੇ ਘਰ ਗਿਆ, ਉਹ ਕਹਿੰਦਾ ਡੈਡੀ ਤੁਸੀਂ ਨਾ ਮੇਰੀ ਬੱਚੀ ਦਾ ਡਾਇਪਰ ਬਦਲ ਦਿਓ। ਮੈਂ ਕਿਹਾ ਖਬਰਦਾਰ, ਮੈਨੂੰ ਵੀ ਗੁੱਸਾ ਆ ਗਿਆ ਉਸ ਵੇਲੇ। ਮੈਂ ਕਿਹਾ ਮੈਂ ਤੇਰੇ ਬੱਚਿਆਂ ਦੇ ਡਾਇਪਰ ਬਦਲ ਨਹੀਂ ਆਇਆ, ਮੈਂ ਆਪਣਾ ਇੰਡੀਪੈਂਡੈਂਟ ਰਹਿੰਦਾ। ਮੈਂ ਇੱਕ ਤਾਂ ਅਸੀਂ ਇੰਡੀਪੈਂਡੈਂਟ ਨਹੀਂ ਹੈ ਬਜ਼ੁਰਗ ਲੋਕ, ਸਾਨੂੰ ਪਹਿਲਾਂ ਤਾਂ ਇੰਡੀਪੈਂਡੈਂਟ ਹੋਣਾ ਸਿੱਖਣਾ ਪੈਣਾ ਮੇਰੀ ਤਰ੍ਹਾਂ। ਉਹ ਤੋਂ ਬਾਅਦ ਤੁਸੀਂ ਉਹਨਾਂ ਦੇ ਡਾਇਪਰ ਚੇਂਜ ਕਰਨ ਲਈ ਨਹੀਂ ਹੋ, ਤੁਸੀਂ ਉਹਨਾਂ ਨੂੰ ਇਸ਼ਨਾਨ ਕਰਾਉਣ ਦੇ ਲਈ ਹੋ, ਨਹੀਂ ਹੋ। ਤੁਸੀਂ ਗ੍ਰੈਂਡ ਪੇਰੈਂਟਸ ਜਸਟ ਲਵ ਦੈਮ, ਪਿਆਰ ਕਰਨ ਲਈ ਹੋ ਜਾਂ ਉਹਨਾਂ ਨੂੰ ਸੰਸਕਾਰ ਦੇਣ ਲਈ ਹੈ। ਉਹ ਵੀ ਉਦੋਂ ਤੱਕ ਜਦੋਂ ਤੱਕ ਤੁਹਾਡੇ ਬੱਚੇ ਕਹਿੰਦੇ ਆ ਕਿ ਹਾਂ ਠੀਕ ਆ ਸੰਸਕਾਰ ਦੇ ਸਕਦੇ ਹਾਂ, ਨਹੀਂ ਤੁਹਾਨੂੰ ਕੋਈ ਜ਼ਰੂਰਤ ਨਹੀਂ। ਅਸੀਂ ਪਿਆਰ ਕਰਨਾ, ਸੰਸਕਾਰ ਦੇਣੇ ਆ, ਬਹਿਣਾ ਕਹਿਣਾ ਸਹਿਣਾ ਬੱਚਿਆਂ ਨੂੰ ਸਿਖਾਉਣਾ ਆ, ਪਰ ਅਸੀਂ ਡਾਇਪਰ ਨਹੀਂ ਚੇਂਜ ਕਰ ਰਹੇ, ਅਸੀਂ ਉਹਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਲਈ। ਤੁਹਾਡੀ ਚੋਇਸ ਹੈ, ਮੈਂ ਆਈ ਐਗਰੀ ਵਿਦ ਯੂ ਕਿ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਨਾ, ਮਜਬੂਰੀ 'ਚ ਨਾ ਕਰੋ, ਕਹਿ ਦਿਓ, ਕਿਉਂਕਿ ਮਜਬੂਰੀ 'ਚ ਕੁਛ ਵੀ ਕੀਤਾ ਹੋਇਆ ਉਹ ਕਲੈਸ਼ ਕਰੇਗਾ ਔਰ ਉਹ એનર્ਜੀ ਅੱਛੀ ਨਹੀਂ ਜਾਏਗੀ। ਦਵਾਈ ਨੂੰ ਕਹਿਤਾ, ਮੈਂ ਉਸ ਨੂੰ ਠੋਕੇ ਜਵਾਬ ਦਿੱਤਾ, ਮੈਂ ਕਿਹਾ ਅੱਜ ਤੋਂ ਬਾਅਦ ਮੈਨੂੰ ਡਾਇਪਰ ਚੇਂਜ ਕਰਨ ਲਈ ਨਾ, ਕਿ ਮੈਂ ਇੱਥੇ ਆਉਣਾ ਬੱਚਿਆਂ ਨਾਲ ਪਿਆਰ ਕਰਨ ਲਈ, ਸੈਪਰੇਟ ਰਹਿਣਾ ਜੀ।
ਮੈਂ ਕਿਹਾ ਮੈਂ ਇਹਨਾਂ ਨੂੰ ਆਉਣਾ ਪਿਆਰ ਕਰਨ ਲਈ, ਜੇ ਨਹੀਂ ਚਾਹੀਦਾ ਮੈਂ ਨਹੀਂ ਆਉਂਗਾ, ਕਰ ਗਿਆ ਦੁਬਾਰਾ ਨੀ ਬੋਲਿਆ। ਬਹੁਤ ਵਧੀਆ ਗੁਰਦੀਪ ਜੀ, ਆਈ ਡੋਂਟ ਨੋ ਕਿੰਨੇ ਬੰਦੇ ਉਹ ਕਰ ਸਕਦੇ ਆ, ਬਿਕੋਜ਼ ਮਤਲਬ ਇੰਨਾ ਅਸੀਂ ਕਰ ਸਕਦੇ ਇੰਨਾ ਨਹੀਂ, ਜਿੰਨਾ ਅਗਰ ਕੋਈ ਚੀਜ਼ ਐਸੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਕਰਨਾ ਚਾਹੁੰਦੇ ਜਾਂ ਤੁਸੀਂ ਉਸ ਚੀਜ਼ ਬਾਰੇ ਕੰਫਰਟੇਬਲ ਨਹੀਂ ਹੋ, ਡੈਫੀਨੇਟਲੀ ਇਟਸ ਅ ਗੁੱਡ ਥਿੰਗ ਟੂ ਲੈਟ ਦੈਮ ਨੋ ਕਿ ਨਹੀਂ ਇਹ ਮੇਰੇ ਵਾਸਤੇ ਨਹੀਂ ਹੈ। ਬਟ ਓਵਰਆਲ ਆਈ ਥਿੰਕ ਉਹ ਗਿਰਨ ਵਾਲੀ ਗੱਲ ਨਹੀਂ ਹੈ, ਇੱਕ ਦੂਜੇ ਦੀ ਹੈਲਪ, ਦੈਟ ਇਜ਼ ਵਾਟ ਦ ਬਿਊਟੀ ਇਜ਼, ਕਿ ਇਸ ਵੇਲੇ ਵੀ ਕੋਈ ਜੁਆਇੰਟ ਫੈਮਿਲੀਜ਼ ਚੱਲ ਰਹੀਆਂ ਜਿਹਦੇ ਵਿੱਚ ਜੁਆਇੰਟ ਨਹੀਂ ਅਗਰ ਰਹਿ ਰਹੇ ਤਾਂ ਬੱਚੇ ਛੋੜ ਕੇ ਜਾ ਰਹੇ ਹੈ ਗ੍ਰੈਂਡ ਪੇਰੈਂਟਸ ਕੋਲ, ਪਰ ਉਹ ਜਿਹੜਾ ਹੈਗਾ ਕਿ ਸਿਰਫ ਅਸੀਂ ਗ੍ਰੈਂਡ ਪੇਰੈਂਟਸ ਦੀ ਵੈਲਿਊ ਉੱਨੀ ਰਹਿ ਜਾਏ ਕਿ ਹਾਂ ਸਿਰਫ ਸਾਡੇ ਬੱਚੇ ਪਾਲ ਦਿਉ ਬਾਕੀ ਸਾਨੂੰ ਕੋਈ ਲੈਣਾ ਦੇਣਾ ਨਹੀਂ, ਉਹ ਡੈਫੀਨੇਟਲੀ ਨਹੀਂ ਚਾਹੀਦਾ। ਯੂ ਨੋ ਉਹ ਤੁਸੀਂ ਉੱਥੇ ਜ਼ਰੂਰ ਵੈਲਿਊ ਆਪਣੀ ਘਟਾ ਰਹੇ ਹੋ, ਜਾਂ ਬੜੇ ਮੇਰੇ ਕੋਲ ਇਸ ਤਰ੍ਹਾਂ ਦੇ ਵੀ ਕੇਸਿਸ ਆਉਂਦੇ ਹੈ ਜਿਹੜੇ ਗ੍ਰੈਂਡ ਪੇਰੈਂਟਸ ਕਈ ਵਾਰੀ ਰੋ ਪੈਂਦੇ ਹੈ ਕਿ ਅਸੀਂ ਸਿਰਫ ਕੰਮ ਕਰਨ ਵਾਸਤੇ ਹਾਂ ਇੱਥੇ, ਹੋਰ ਸਾਡਾ ਕੋਈ ਵੈਲਿਊ ਨਹੀਂ, ਸਾਨੂੰ ਲੱਗਦਾ ਨਹੀਂ ਕਿ ਸਾਨੂੰ ਕੋਈ ਹੋਰ ਸਾਡੀ ਜ਼ਰੂਰਤ ਪਿੱਛੇ ਅਸੀਂ ਮਤਲਬ ਰੱਖਿਆ ਹੋਇਆ। ਉਹ ਡੈਫੀਨੇਟਲੀ ਬਹੁਤ ਹੀ ਸੈਡ ਸਿਚੁਏਸ਼ਨ ਹੈ, ਬਟ ਅਦਰਵਾਈਜ਼ ਜਿਹੜੀ ਹੁਣ ਸਿਚੁਏਸ਼ਨ ਹੈ ਉਹਦੇ ਵਿੱਚ ਇਹ ਹੈ ਕਿ ਉਹ ਦੇ ਵਿਲਿੰਗਲੀ ਵਾਂਟ ਕਿ ਅਸੀਂ ਹੈਲਪ ਕਰੀਏ, ਵਿਲਿੰਗਲੀ ਦੇ ਆਰ ਟੇਕਿੰਗ ਆਫ ਫਰੋਮ ਵਰਕ, ਕੰਮ ਤੋਂ ਆਫ ਲੈ ਰਹੇ ਨੇ, ਉਹ ਕਰ ਰਹੇ ਨੇ, ਪਰ ਫਿਰ ਉਹ ਜਿਹੜਾ ਬੈਲੈਂਸ ਹੈ ਉਹਨਾਂ ਨੂੰ ਲੱਗਦਾ ਕਿ ਨੋਟ ਓਨਲੀ ਕਿ ਸਾਨੂੰ ਕਰੇਜ਼ੀ ਕਰ ਰਹੇ ਹਨ ਬਟ ਆਪਣੇ ਵਾਸਤੇ ਵੀ ਸਾਡੇ ਬੱਚਿਆਂ ਵਾਸਤੇ ਇੰਨਾ ਸਟ੍ਰੈਸ ਚੰਗਾ ਨਹੀਂ ਹੈ, ਕਿਉਂਕਿ ਉਹ ਜਿਹੜੇ ਇੰਨੇ ਛੋਟੇ ਹੁੰਦੇ ਹੀ ਯੰਗਰ ਪੇਰੈਂਟਸ ਜਿਹੜੇ ਹੈ ਇੰਨੇ ਐਂਬੀਸ਼ੀਅਸ ਪੇਰੈਂਟਸ ਹੈ ਕਿ ਉਹ ਐਕਡੈਮਿਕਲੀ ਤਾਂ ਬਹੁਤ ਕਿ ਬੱਚਾ ਮਤਲਬ ਯੂ ਨੋ ਹੁਣੇ ਤੋਂ ਹੀ ਇਹ ਵੀ ਲਰਨ ਕਰ ਜਾਏ, ਇਹ ਵੀ ਲਰਨ ਕਰ ਜਾਏ, ਉਹ ਸਾਰਾ ਕੁਛ ਬਹੁਤ ਹੈ, ਮਾਈਲ ਸਟੋਨਸ, ਹੁਣੇ ਇਹ ਚੀਜ਼ ਹੋਈ ਹੈ ਕਿ ਨਹੀਂ ਹੋਈ, ਉਹ ਵੀ ਸਟ੍ਰੈਸ ਹੈ ਜੀ, ਫਲਾਣੇ ਦਾ ਬੱਚਾ ਚੱਲ ਪਿਆ, ਮੇਰਾ ਬੱਚਾ ਚੱਲ ਪਿਆ ਕਿ ਨਹੀਂ, ਬੈਠ ਰਿਹਾ ਕਿ ਨਹੀਂ, ਬੋਲ ਰਿਹਾ ਕਿ ਨਹੀਂ, ਸੋ ਆਲ ਦੈਸ ਜੋ ਹਮੇਸ਼ਾ ਤੋਂ ਰਿਹਾ, ਬਟ ਹੁਣ ਇਹਨਾਂ ਦੇ ਹਿਸਾਬ ਨਾਲ ਸਟ੍ਰੈਸ ਜ਼ਿਆਦਾ। ਤੁਹਾਡਾ ਕੀ ਕਹਿਣਾ, ਜ਼ਰੂਰ ਕਾਲ ਕਰੋ, ਲੈਟ ਮੀ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ, ਤੁਸੀਂ ਪਿੱਛੇ ਕਰਕੇ ਸੁਣ ਰਹੇ ਹੋ, ਸੋਰੀ, ਮੈਂ ਦੁਬਾਰਾ ਕਾਲ ਕਰੋ ਪਲੀਜ਼, ਹੁਣ ਦੇਖਦੇ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਰਾਜ ਬੋਲ ਰਹੀ ਹਾਂ। ਥੈਂਕ ਯੂ ਸੋ ਮਚ ਫੋਰ ਕਾਲਿੰਗ ਰਾਜ, ਦੱਸੋ ਕੀ ਕਹਿੰਦੇ ਹੋ। ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਆਈ ਮੈਟ ਯੂ ਪਰਸਨਲੀ ਐਂਡ ਆਈ ਰੀਲੀ ਐਡਮਾਇਰ ਯੂ। Thank you so much. Now I got Kede Raj. Thank you. It was lovely meeting you. And asi enne beautiful event te bhi mile ke matlab bahut badhiya. Thank you so much. You are most welcome. And I saw you at home, how you raised your children. Aww. And I could not stop myself not to call you because I have seen sometimes, you know what, it does make an impact when you see how somebody is living and how somebody is talking and suggesting and listening to others. I don't think so there is anybody better person can handle this topic. Oh my God, Nani, that's a lot of pressure, Raj. No, it's not at all. You are smooth sailing beautifully. Thank you, thank you. You're smooth sailing. And you know what, I would like to say something too, but when I was raising my daughters, my parents were here, and the basic rule was love, and and I think in love we have to understand our parents. Ji. And they have to know the new techniques, the new ways we raise our children. Right. So when we sit and talk at the table at the end of the day, they learn from them a lot of things from the children, and children learn from them. And we all have our limitations and things we can do. Definitely. Bilkul tusi sahi keh rahe ho. You know, and thank you so much, you know. This is really beautiful ki bilkul sadi saryan di kuch limitations hain, par jadon tusi table de across dining table when you talk about it, yes, you share, yes, okay, and you appreciate each other. Yes, and like my father never changed the diaper. He never wanted to do too, but he did tell me, and he said he had a different girl's name. I'm not going to
change it, your mother will change it. I said, that's perfectly okay. So they always used to run out with him to the park. He'd play with them, tell them stories. So everybody played a different role in raising our children. So I think it should be in all households. And true that parents should have financial independence when they're doing this. Right. They shouldn't be like feeling that they are dependent on us and they have to do this chore. Right. But this should be a beautiful role in raising children and family. Sahi keh rahe ho, bilkul Raj. This is so yes. beautiful. But for my viewers who understand only Punjabi, just two more lines. Okay. Punjabi, Hindi, dasso tusi. Yeah. Jehdi ek khubsurat gal kiti hai, especially ke you know, balance jaha chahida, and we are you know taking each other. ਕਿ ਬਈ ਤੇਰੇ ਕੋਲ ਬੈਸਟ ਜੋ ਹੈ ਉਹ ਮੈਂ ਲੈਣਾ ਜੋ ਮੇਰੇ ਕੋਲ ਹੈ ਤੂੰ ਦੇ ਐਗਜ਼ੈਕਟਲੀ ਐਰ ਮੇਰੇ ਫਾਦਰ ਨੂੰ ਬਹੁਤ ਹੁੰਦਾ ਸੀ ਕਿ ਮੈਂ ਬੇਟੀ ਦੇ ਉੱਤੇ ਡਿਪੈਂਡੈਂਟ ਨਹੀਂ ਹੋਣਾ ਇੱਥੇ ਤਾਂ ਉਹ ਮੈਂ ਉਹਨਾਂ ਨੂੰ ਮਤਲਬ ਹਫ਼ਤੇ 'ਚ ਮੈਂ ਪੈਸੇ ਮੈਂ ਇਹ ਨਹੀਂ ਦਿੰਦੀ ਸੀ ਕਿ ਇਹ ਉਹਨਾਂ ਦੇ ਕੋਲ ਡਾਲਰ ਨਹੀਂ ਸੀ ਹੁੰਦੇ ਜੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਇੱਕ ਡਾਇਰੀ ਦੇ ਵਿੱਚ ਲਿਖੀ ਜਾਂਦੇ ਸੀਗੇ ਤਾਂ ਅਸੀਂ ਜਦੋਂ ਇੰਡੀਆ ਜਾਂਦੇ ਸੀ ਤਾਂ ਉਹ ਸਾਨੂੰ ਕੁਛ ਨਾ ਕੁਛ ਮਤਲਬ ਕਹਿ ਦਿੰਦੇ ਸੀ ਕਿ ਆਹ ਮੈਂ ਤੁਹਾਡੇ ਲਈ ਆਹ ਚੀਜ਼ ਕਰਤੀ ਆ ਮੈਂ ਤੁਹਾਨੂੰ ਆਹ ਲੈਤੀ ਜਾਂ ਤੁਹਾਡੇ ਬੱਚਿਆਂ ਨੂੰ ਲੈ ਤੂੰ ਵੀ ਤਾਂ ਉੱਥੇ ਮੈਨੂੰ ਦਿੰਦੀ ਸੀ ਸੋ ਆਈ ਵਾਜ਼ ਲਾਈਕ ਦੈਟ ਯੂ ਡੋਨਟ ਹੈਵ ਤੁਸੀਂ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ ਹੈ ਜੀ 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 ਕਹਿੰਦੇ ਨਹੀਂ ਦੇਖ ਤੂੰ ਉੱਥੇ ਮੈਂ ਉੱਥੇ ਆਉਣਾ ਤੂੰ ਮੇਰਾ ਕਰਦੀ ਆ ਜੇ ਇੰਡੀਆ 'ਚ ਤੂੰ ਆਉਂਦੀ ਆ ਜੇ ਮੈਂ ਕਰ ਸਕਦਾ ਤਾਂ ਮੈਨੂੰ ਕਰਨ ਦੇ ਸੋ ਆਈ ਮੀਨ ਉਹ ਇੱਕ ਡਿਪੈਂਡੈਂਸੀ ਫੀਲ ਜਿਹੜੀ ਹੈ ਨਾ ਉਹ ਡੈਫੀਨੇਟਲੀ ਹਾਂ ਦੈਟ ਕਾਜ਼ਜ਼ ਅ ਲੋਟ ਆਫ ਪ੍ਰੋਬਲਮਸ ਥੈਂਕ ਯੂ ਸੋ ਮਚ ਰਾਜ ਇਟਸ ਰੀਅਲੀ ਬਿਊਟੀਫੁਲ ਉਹੀ ਗੱਲ ਕਿ ਇੱਕ ਜਿਹੜੀ ਡਿਪੈਂਡੈਂਸੀ ਦੀ ਫੀਲਿੰਗ ਹੈ ਨਾ ਉਹ ਕੋਸ਼ਿਸ਼ ਕਰੋ ਕਿ ਆਏ ਨਾ ਤੁਹਾਡੇ ਗ੍ਰੈਂਡ ਪੇਰੈਂਟਸ ਦੇ ਯੂ ਨੋ ਬੱਚਿਆਂ ਦੇ ਗ੍ਰੈਂਡ ਪੇਰੈਂਟਸ ਦੇ ਵੀ ਕਿਉਂਕਿ ਦੈਟ ਇਜ਼ ਵੈਰੀ ਡਿਸਇੰਪਾਵਰਿੰਗ ਉਹ ਆਪਣੇ ਆਪ ਨੂੰ ਥੱਲਾ ਫੀਲ ਕਰਦੇ ਨੇ ਨੀਚਾ ਫੀਲ ਕਰਦੇ ਨੇ ਔਰ ਫਿਰ ਇੰਝ ਲੱਗਦਾ ਕਿ ਮਜਬੂਰੀ 'ਚ ਕਰ ਰਹੇ ਨੇ ਵਿਚ ਸ਼ੁੱਡ ਨਾਟ ਬੀ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਯੂ ਡੋਂਟ ਗੋ ਐਨੀਵੇਅਰ ਸਾਰਿਆਂ ਦਾ ਫਿਰ ਸਵਾਗਤ ਹੈ ਕੀ ਕਹਿੰਦੇ ਹੋ ਕਿਸ ਤਰ੍ਹਾਂ ਇਹ ਬੈਲੈਂਸ ਬਣਾਇਆ ਜਾਏ ਬਹੁਤ ਖੂਬਸੂਰਤ ਸਿਚੁਏਸ਼ਨ ਹੈ ਜਿੱਥੇ ਬੱਚੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਮਿਲ ਕੇ ਪਾਲ ਰਹੇ ਹੈ ਯੂ ਨੋ ਤੋ ਇੱਕ ਅੱਛਾ ਬੈਲੈਂਸ ਕਿਵੇਂ ਬਣਾਉਣਾ ਜਿਹਦੇ ਵਿੱਚ ਕਲੈਸ਼ ਘੱਟ ਹੋਏ ਐਂਡ ਇੱਕ ਟੀਮ ਵਰਕ ਲੱਗੇ ਉਹਦਾ ਉਹਦੇ 'ਚ ਬੱਚਿਆਂ ਦਾ ਵੀ ਫਾਇਦਾ ਹੈ ਔਰ ਵੱਡਿਆਂ ਦਾ ਵੀ ਫਾਇਦਾ ਐਂਡ ਡੈਫੀਨੇਟਲੀ ਇੱਕ ਜੋਏਫੁੱਲ ਯੂ ਨੋ ਜਰਨੀ ਵੀ ਹੋਏਗੀ ਕਿ ਬੱਚਿਆਂ ਨੂੰ ਪਾਲਣ ਦੀ ਗੁੱਡ ਮੈਮਰੀਜ਼ ਹੋਣਗੀਆਂ ਬੱਚਿਆਂ ਕੋਲ ਵੀ ਤੁਹਾਡੇ ਕੋਲ ਵੀ ਨਹੀਂ ਤਾਂ ਅੱਜ ਕੱਲ੍ਹ ਜੋ ਇਨ ਜਨਰਲ ਮੈਨੂੰ ਮੇਰੇ ਐਕਸਪੀਰੀਅੰਸ 'ਚ ਬੱਚੇ ਯੰਗ ਪੇਰੈਂਟਸ ਆ ਰਹੇ ਹੈ ਕਈ ਵਾਰੀ ਲੱਗਦਾ ਹੈ ਇੰਨਾ ਜ਼ਿਆਦਾ ਸਟ੍ਰੈਸ ਲੈ ਰਹੇ ਹੁੰਦੇ ਹੈ ਐਂਡ ਬੜੇ ਈਦਰ ਉਹ ਫੀਅਰ ਦੇ ਵਿੱਚ ਬੱਚੇ ਪਾਲ ਰਹੇ ਹੈ ਕਿ ਹਾਏ ਇਹ ਹੋ ਜਾਏਗਾ ਹਾਏ ਇਹ ਕਿਵੇਂ ਹੋਏਗਾ ਬੜਾ ਮੁਸ਼ਕਿਲ ਹੈ ਬੜਾ ਮੁਸ਼ਕਿਲ ਹੈ ਇਹ ਤਾਂ ਈਵਨ ਬੱਚੇ ਹੋਣ ਤੋਂ ਪਹਿਲੇ ਬਹੁਤ ਸਾਰਾ ਫੀਅਰ ਮੈਂ ਦੇਖਿਆ ਯੰਗ ਕਪਲਸ ਦੇ ਵਿੱਚ ਕਿ ਬੱਚੇ ਨਹੀਂ ਪੈਦਾ ਕਰਨੇ ਕਿਉਂਕਿ ਉਸ ਤੋਂ ਬਾਅਦ ਤਾਂ ਸਾਡੀ ਜ਼ਿੰਦਗੀ ਤਾਂ ਖਤਮ ਹੀ ਹੋ ਜਾਏਗੀ ਅਗਰ ਉਹ ਵੀ ਇੱਕ ਪੁਆਇੰਟ ਹੈ ਦੂਸਰਾ ਬੱਚਿਆਂ ਨੂੰ ਪਾਲਣਾ ਅੱਜ ਕੱਲ੍ਹ ਕਿੰਨਾ ਮੁਸ਼ਕਿਲ ਹੈ ਉਹਨਾਂ ਨੂੰ ਇੰਝ ਕੌਣ ਕਰੇਗਾ ਇੰਝ ਕਿਉਂ ਕੌਣ ਕਰੇਗਾ ਸਾਰੀ ਰਿਸਪੋਂਸੀਬਿਲਿਟੀ ਇੱਕ ਨਵੇਂ ਹਿਊਮਨ ਬੀਂਗ ਦੀ ਤੁਹਾਡੇ ਮਤਲਬ ਉਹਨੂੰ ਇੰਨਾ ਵੱਡਾ ਦਿਮਾਗ ਦੇ ਵਿੱਚ ਬਣਾਇਆ ਹੋਇਆ ਕਿਉਂਕਿ ਅਸੀਂ ਆਪਣੇ ਆਪ ਨੂੰ ਜਾਂ ਤਾਂ ਪ੍ਰੋਟੈਕਟਰ ਸਮਝਦੇ ਹਾਂ ਜਾਂ ਪ੍ਰੋਵਾਈਡਰ ਸਮਝਦੇ ਹਾਂ ਐਂਡ ਥੋੜ੍ਹਾ ਜਿਹਾ ਫੇਥ ਮੈਨੂੰ ਲੱਗਦਾ ਘੱਟ ਜਾਂਦਾ ਕਿ ਹਾਂ ਅਸਲ 'ਚ ਰੱਬ ਹੈ ਜੋ ਕਰੀ ਜਾ ਰਿਹਾ ਤੁਹਾਨੂੰ ਇੱਕ ਜ਼ਰੀਆ ਬਣਾਇਆ ਹੈ ਜਿਹਦੇ ਨਾਲ ਤੁਸੀਂ ਇਹ ਬੱਚੇ ਇਸ ਦੁਨੀਆ 'ਚ ਆਏ ਐਂਡ ਦੈਨ ਤੁਸੀਂ ਐਜ਼ ਗਾਈਡੈਂਸ ਐਜ਼ ਗਾਈਡਸ ਉਹਦੇ ਰਹਿਣਾ ਅਸੀਂ ਸਾਰਿਆਂ ਨੇ ਇਹ ਗਲਤੀਆਂ ਕੀਤੀਆਂ ਉਹ ਨਹੀਂ ਹੈ ਬਟ ਮੈਂ ਅੱਜ ਕੱਲ੍ਹ ਯੰਗ ਕਪਲਸ ਦੇ ਵਿੱਚ ਇਹ ਕਨਵਰਸੇਸ਼ਨ ਬਹੁਤ ਵਾਰੀ ਦੇਖੀ ਹੈ ਤਾਂ ਹੀ ਤੁਸੀਂ ਦੇਖਦੇ ਹੋ ਕਿ ਕਿੰਨੀ ਕਿੰਨੀ ਦੇਰ ਵਿਆਹ ਤੋਂ ਬਾਅਦ ਦੇ ਡੋਂਟ ਪਲਾਨ ਅ ਚਾਈਲਡ ਜਸਟ ਬਿਕੋਜ਼ ਦੈਟ ਕਨਵਰਸੇਸ਼ਨ ਜਸਟ ਸਕੇਅਰਸ ਦੈਮ ਔਰ ਜਦੋਂ ਹੋ ਜਾਂਦੇ ਆ ਬੱਚੇ ਤਾਂ ਦੇ ਆਰ ਡੀਲਿੰਗ ਵਿਦ ਇਟ ਵਿਦ ਈਦਰ ਫੀਅਰ ਔਰ ਗਿਲਟ ਕਿ ਕਿਉਂਕਿ ਟਾਈਮ ਘੱਟ ਹੈ ਕਿ ਸਾਡੇ ਕੋਲ ਟਾਈਮ ਘੱਟ ਹੈ ਜਿੰਨਾ ਕੁ ਟਾਈਮ ਹੈ ਨਾ ਉਹਦੇ 'ਚ ਅਸੀਂ ਬੈਸਟ ਕਰ ਲਈਏ ਉਹ ਬੈਸਟ ਕਰਨ ਦੇ ਵਿੱਚ ਬੱਚਿਆਂ ਨੂੰ ਇਹ ਵੀ ਕਰਾ ਲਈਏ ਉਹ ਵੀ ਕਰਾ ਲਈਏ ਲਾਈਕ ਓਵਰ ਸ਼ੈਡਿਊਲਿੰਗ ਬੱਚਿਆਂ ਦੀ ਕੀਤੀ ਹੋਈ ਹੈ ਦੈਟਸ ਵਾਟ ਮਾਈ ਆਬਜ਼ਰਵੇਸ਼ਨ ਇਜ਼ ਤੁਸੀਂ ਕੀ ਕਹਿੰਦੇ ਹੋ ਲੈਟਸ ਸੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਮਿੰਦਰ ਜੀ ਥੈਂਕ ਯੂ ਫੋਰ ਕਾਲਿੰਗ ਦੱਸੋ ਕੀ ਕਹਿੰਦੇ ਹੋ ਮੈਂ ਕਹਿੰਦੀ ਹਾਂ ਕਿ ਜਿਹੜੀ ਪੇਰੈਂਟਿੰਗ ਜਿਹੜੀ ਹੈ ਪਹਿਲੇ ਈਜ਼ੀ ਸੀ ਹਾਂਜੀ ਨਹੀਂ ਟੂ ਬੀ ਵੈਰੀ ਆਨੈਸਟ ਨੋ ਦੈਟਸ ਟਰੂ ਇਟ ਕੈਨ ਬੀ ਯਾ ਦ ਰੀਜ਼ਨ ਬੀਂਗ ਹੁਣ ਤੇ ਹੋ ਗਈ ਹੈ ਟਾਈਮ ਕੰਜ਼ਿਊਮਿੰਗ ਮਨੀ ਓਰੀਐਂਟਿਡ ਹੁਣ ਤੇ ਬਿਲਕੁਲ ਇੰਜ ਹੋ ਗਿਆ ਕਿ ਅਸੀਂ ਸਾਡਾ ਬੱਚਾ ਫਸਟ ਆਵੇ ਸਾਡਾ
ਬੱਚਿਆਂ ਨੂੰ ਸਵੇ ਅਸੀਂ ਉਸ ਰੇਸ ਵਿੱਚ ਲੱਗ ਗਏ ਆ। ਪਹਿਲੇ ਉਹ ਚੀਜ਼ ਨਹੀਂ ਸੀ, ਪਹਿਲੇ ਇੰਜੇ ਹੁੰਦਾ ਸੀ ਕਿ ਦਾਦੇ ਦਾਦੀਆਂ ਨਾਲ ਬੱਚੇ, ਜਿਵੇਂ ਮੇਰੇ ਬੱਚੇ ਨੇ ਦਾਦੇ ਦਾਦੀ ਕੋਲ ਰਹੇ ਨੇ ਜੀ, ਇਮੋਸ਼ਨਲੀ ਬੜੇ ਸਟੇਬਲ ਹੋਏ ਨੇ। ਹੁਣ ਮੈਂ ਕਹਿੰਦੀ ਆ ਕਿ ਪੇਰੈਂਟਸ ਅਗਰ ਹੈਲਪ ਮੰਗਣ ਤੇ ਯੰਗ ਕਪਲ ਮੀਨਸ ਹੈਲਪ ਮੰਗੇ ਦਾਦਾ ਦਾਦੀ ਕੋਲੋਂ ਤੇ ਜ਼ਰੂਰ ਹੈਲਪ ਦਿਓ। ਮੈਂ ਵੀ ਇਸ ਵਿੱਚ ਬਿਲੀਵ ਕਰਦੀ ਹਾਂ, ਆਪਣੇ ਬੱਚੇ ਅਸੀਂ ਸੋਹਣੀ ਤਰ੍ਹਾਂ ਪਾਲੇ ਨੇ, ਸਾਡੇ ਬੱਚੇ ਆਪਣੇ ਬੱਚੇ ਆਪਣੇ ਹਿਸਾਬ ਨਾਲ ਪਾਲਣ। ਜਿੱਥੇ ਹੈਲਪ ਮੰਗਣ ਉੱਥੇ ਜ਼ਰੂਰ ਦਿਓ। ਦ ਰੀਜ਼ਨ ਬੀਂਗ, ਜਿਸ ਤਰ੍ਹਾਂ ਪਹਿਲੇ ਮੇਰੇ ਬੇਟੇ ਦਾ ਪਹਿਲੇ ਬੱਚਾ ਹੋਇਆ, ਉਹਨਾਂ ਨੇ ਹੈਲਪ ਨਹੀਂ ਮੰਗੀ, ਉਹਨਾਂ ਨੇ ਕਿਹਾ ਡੇ ਕੇਅਰ ਜਾਏਗਾ, ਦੈਟਸ ਫਾਈਨ, ਇਟਸ ਯੋਰ ਵਿਸ਼, ਯੂ ਕੈਨ ਡੂ ਇਟ। ਐਂਡ ਜਦੋਂ ਸੈਕਿੰਡ ਬੱਚਾ ਆਇਆ, ਦੇ ਨੀਡੀ ਦੇ ਫੈਲਟ ਕਿ ਗ੍ਰੈਂਡ ਪੇਰੈਂਟਸ ਦੀ ਹੈਲਪ ਦੀ ਲੋੜ ਹੈ। ਐਂਡ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਹੈਲਪ ਦੀ ਲੋੜ ਹੈ ਮੰਮੀ, ਆਈ ਲੈਫਟ ਮਾਈ ਜੋਬ ਫਾਰ ਮਾਈ ਗ੍ਰੈਂਡ ਚਾਈਲਡ। ਮੈਂ ਇੱਕ ਸਾਲ ਬੱਚੇ ਨੂੰ ਆਪਣੇ ਕੋਲ ਰੱਖਿਆ, ਬੱਚਾ ਇੰਨਾ ਇਮੋਸ਼ਨਲੀ ਸਟੇਬਲ ਹੋ ਗਿਆ, ਇੰਨੀ ਕੇਅਰਿੰਗ ਕਰਦਾ, ਜਦੋਂ ਵੀ ਮੈਂ ਹੁਣ ਉਹਦੇ ਘਰ ਜਾਵਾਂ, ਇੱਕ ਇੱਕ ਅਟੈਚਮੈਂਟ ਜੀ ਹੋ ਗਈ ਹੈ। ਮੈਂ ਉਹਦੇ ਘਰ ਲੇਟੀ ਹੋਈ ਹਾਂ ਤੇ ਏ ਸੀ ਚੱਲ ਰਿਹਾ ਸੀ, ਥੋੜੀ ਠੰਡ ਸੀ, ਮੈਂ ਥੋੜੀ ਸੁਕੜੀ, ਫਟਾਫਟ ਆਇਆ, ਕੰਬਲ ਲੈ ਕੇ ਮੇਰੇ ਤੇ ਪਾਤਾ। ਆਈ ਮੀਨ ਸੋ ਕਿਊਟ। ਹਾਂ, ਉਹ ਉਹ ਬੱਚੇ ਦੇਖਦੇ ਨੇ, ਦੇਖ ਕੇ ਹੀ ਯੂ ਨੋ ਸਿੱਖਦੇ ਨੇ ਕੇਅਰਿੰਗ। ਹਾਂਜੀ, ਸੋ ਜਿੱਥੇ ਲੋੜ ਹੋਵੇ ਜ਼ਰੂਰ ਹੈਲਪ ਦਿਓ, ਪਰ ਗ੍ਰੈਂਡ ਪੇਰੈਂਟਸ ਆਪਣੇ ਟਾਈਮ ਦਾ ਵੀ ਧਿਆਨ ਰੱਖਣ, ਇਹ ਨਹੀਂ ਹੈ ਕਿ ਬਿਲਕੁਲ ਐਂਡ ਹੋ ਜਾਣ, ਬੈਲੈਂਸ ਰੱਖਣ ਬਿਲਕੁਲ, ਪਰ ਜਿੱਥੇ ਬੱਚਿਆਂ ਨੂੰ ਲੋੜ ਹੋਵੇ ਹੈਲਪ ਦਿਓ, ਕਿਉਂਕਿ ਬੱਚੇ ਇਮੋਸ਼ਨਲੀ ਬੜੇ ਸਟੇਬਲ ਹੋ ਜਾਂਦੇ ਨੇ ਗ੍ਰੈਂਡ ਪੇਰੈਂਟਸ ਨਾਲ ਰਹਿ ਕੇ। ਨੋ, ਦੈਟਸ ਐਕਸਲੈਂਟ, ਬਹੁਤ ਵਧੀਆ ਹਰਮਿੰਦਰ ਜੀ, ਇਟਸ ਐਨ ਐਕਸਲੈਂਟ ਟਿਪ ਕਿ ਜਦੋਂ ਡਿਫਰੈਂਟ ਡਿਫਰੈਂਟ ਬੱਚੇ ਔਰ ਆਪਸ ਵਿੱਚ ਚੰਗੀ ਹੋਏ ਨਾ, ਜਦੋਂ ਉਹਨਾਂ ਨੂੰ ਅਗਰ ਗੜਬੜ ਹੈਗੀ ਹੈ, ਤੁਹਾਡੀ ਕਲੈਸ਼ ਜ਼ਿਆਦਾ ਹੋ ਰਿਹਾ ਔਰ ਬੱਚਿਆਂ ਨੂੰ ਪਤਾ ਲੱਗ ਰਿਹਾ, ਬੱਚਿਆਂ ਤੱਕ ਪਹੁੰਚ ਰਿਹਾ ਨਾ, ਉਹਦੇ 'ਚ ਬੱਚੇ ਮੈਨੂਪਲੇਟ ਕਰਨਾ ਸਿੱਖ ਜਾਂਦੇ ਨੇ। ਪਰ ਜਦੋਂ ਤੁਹਾਡੀ ਚੰਗੀ ਹੈ, ਤੁਸੀਂ ਇੱਕ ਅੱਛਾ ਜਿਹਾ ਬੈਲੈਂਸ ਰੱਖਿਆ ਹੋਇਆ, ਤਾਂ ਬੱਚੇ ਬਹੁਤ ਇਮੋਸ਼ਨਲੀ ਸਟੇਬਲ ਹੁੰਦੇ ਨੇ। ਦੈਟਸ ਅ ਵੈਰੀ ਟਰੂ ਥਿੰਗ। ਥੈਂਕ ਯੂ ਸੋ ਮਚ ਜੀ, ਰੀਅਲੀ ਐਪਰੀਸ਼ੀਏਟ। ਹੋਰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਗਿਆਨ ਸਿੰਘ ਜੀ, ਕੀ ਕਹਿੰਦੇ ਹੋ? ਮੈਂ ਸੁਣ ਰਿਹਾ ਸਾਰੇ ਦੇ ਗੱਲਾਂ ਜੀ, ਪਤਾ ਨਹੀਂ ਇੰਨਾ ਫਰਕ ਕਿਉਂ ਲੋਕਾਂ ਨੇ ਪਾ ਲਿਆ। ਚਲੋ, ਸਮੇਂ ਸਮੇਂ ਨਾਲ ਤਾਂ ਪੈਂਦਾ ਹੀ ਆ, ਰਾਈਟ, ਸਾਡਾ ਤਾਂ ਰੁਟੀਨ ਪਹਿਲੀ ਵਾਂਗੂ ਚੱਲੀ ਜਾਂਦਾ। ਅੱਛਾ, ਜਦੋਂ ਸਾਨੂੰ ਸਾਡੀ ਮਾਂ ਨੇ ਪਾ ਲਿਆ, ਉਦੋਂ ਪਿੰਡ ਰਹਿੰਦੇ ਸੀਗੇ ਜੀ, ਉਹ ਵੀ ਵਧੀਆ ਪਲ ਗਏ, ਫਿਰ ਸਾਡੇ ਗਾਂ ਬੱਚੇ ਹੋਣੇ ਸ਼ੁਰੂ ਹੋ ਗਏ, ਜੋ ਬੱਚਿਆਂ ਦੀ ਦਾਦੀ ਤੇ ਉਹਨਾਂ ਦੀ ਮਾਂ ਰਲ ਕੇ ਉਹਨਾਂ ਨੇ ਪਾਲ ਲਿਆ ਉਹਨਾਂ ਨੂੰ। ਜੋ ਦਾਦੀ ਨੇ ਗੱਲ ਕਹੀ ਹੈ, ਮਾਂ ਉਹਦੀ ਨੇ, ਬੱਚਿਆਂ ਦੀ ਮਾਂ ਨੇ ਮੋੜਨੀ ਨੀ, ਉਹ ਠੀਕ ਹੀ ਹੈ ਜੋ ਕਹਿਤੀ ਆ, ਠੀਕ ਨੀ? ਜਦੋਂ ਰਿਸਪੈਕਟ ਕਰੂਗੀ ਨਾ ਸੱਸ ਨੂੰ, ਨੂੰਹ ਨੂੰਹ ਦੀ, ਨੂੰਹ ਸੱਸ ਦੀ ਰਿਸਪੈਕਟ ਕਰੂਗੀ, ਬੱਚਿਆਂ ਤੇ ਬਹੁਤ ਅਸਰ ਪਊਗਾ। ਕਿਆ ਸਿੰਘ ਜੀ, ਬਿਲਕੁਲ ਸਹੀ ਹੈ, ਪਰ ਅੱਜ ਕੱਲ ਅਸੀਂ ਮੰਨਦੇ ਆ ਕਿ ਟਾਈਮ ਥੋੜਾ ਜਿਹਾ ਡਿਫਰੈਂਟ ਹੈ। ਜਿਹੜੇ ਗ੍ਰੈਂਡ ਪੇਰੈਂਟਸ ਹੈ, ਸ਼ਾਇਦ ਉਹ ਅੱਜ ਕੱਲ ਜਿਹੜੀ ਇੰਨੀ ਟੈਕਨੋਲੋਜੀ ਯੰਗ ਪੇਰੈਂਟਸ ਯੂਜ਼ ਕਰਨਾ ਚਾਹੁੰਦੇ ਆ ਨਾ, ਉਹ ਯੂਜ਼ ਔਰ ਕਿੰਨਾ ਪੜ੍ਹਦੇ ਆ, ਉਹ ਇਹ ਠੀਕ ਹੈ, ਇਹ ਗਲਤ ਹੈ, ਇਹ ਠੀਕ ਹੈ, ਉਹ ਵੀ ਕਨਫਿਊਜ਼ਡ ਹੈ, ਕਿਉਂਕਿ ਇੰਨੀ ਇਨਫੋਰਮੇਸ਼ਨ ਲੈ ਲੈਂਦੇ ਆ, ਫਿਰ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿਹੜੀ ਇਨਫੋਰਮੇਸ਼ਨ ਅਸੀਂ ਉਹਦੇ ਅਪਲਾਈ ਕਰੀਏ ਆਪਣੇ ਬੱਚਿਆਂ ਤੇ। ਇਹ ਤਾਂ ਫਰਕ ਪੈ ਗਿਆ ਜੀ ਜੀ, ਪਰ ਸਾਡੇ ਤੇ ਇਸ ਤਰ੍ਹਾਂ ਸੀ ਨਾ, ਪਹਿਲੋਂ ਅਸੀਂ ਚਲੋ ਪਾਲ ਲਏ ਆਪਣੇ, ਫਿਰ 85 ਚ ਆਪਣਾ ਅਸੀਂ ਲੜਕਾ ਵਿਆਹ ਆ, ਉਹ 86 ਬੱਚਾ ਬੋਰਨ ਹੋ ਗਿਆ ਸਾਡਾ ਗ੍ਰੈਂਡ ਸਨ, 87 ਚ ਅਮਰੀਕਾ ਆ ਗਿਆ, ਤੇ ਅਸੀਂ ਪੋਤਾ ਆਪਣੇ ਕੋਲ ਰੱਖ ਲਿਆ ਇੰਡੀਆ, ਕੰਮ ਕਰੋਗੇ ਕਿ ਇਹਨੂੰ ਪਾਲੋਗੇ, ਅਸੀਂ ਉਹਨੂੰ 91 ਤੱਕ ਆਪਣੇ ਕੋਲ ਰੱਖਿਆ, ਉਹਨੂੰ ਅਸੀਂ ਇੰਡੀਆ ਪਾਲਿਆ ਇਹਨੂੰ, ਇੰਡੀਆ ਦਾ ਸਾਰਾ ਕਲਚਰ ਹੁਣ ਤੱਕ ਉਹਨੂੰ ਭੁੱਲਿਆ ਨੀ ਸਾਡੇ ਪੋਤਿਆਂ ਤੋਂ, ਠੀਕ ਨਹੀਂ? ਹਾਂ ਬਿਲਕੁਲ, ਉਹ ਇੱਕ 5-6 ਸਾਲ ਦੇ ਬੱਚੇ ਨੂੰ ਜੋ ਅਸੀਂ ਉਹ ਚ ਭਰ ਦਿਆਂਗੇ, ਉਹ ਚੱਲੀ ਜਾਣਾ ਹਨਾ, ਤੇ ਬੜਾ ਵਧੀਆ ਹੈਗਾ, ਤੇ ਏਦਾਂ ਕਰਕੇ ਹੈਗਾ। ਹੁਣ ਪਹਿਲੋਂ ਅਸੀਂ ਆਪਣੇ ਬੱਚੇ ਪਾਲ ਲਏ, ਬੱਚਿਆਂ ਦੇ ਗਾਂਹ ਬੱਚੇ ਹੋ ਗਏ ਜੀ, ਉਹ ਹੋ ਗਏ, ਹੁਣ ਉਹਨਾਂ ਬੱਚਿਆਂ ਦੇ ਗਾਂਹ ਬੱਚੇ ਵੀ ਹੋ ਗਏ, ਠੀਕ ਹੈ? ਸਾਡੇ ਦਾ ਪੋਤੇ ਦਾ ਜਿਹੜਾ ਮੁੰਡਾ 8 ਸਾਲ ਦਾ ਹੋ ਗਿਆ, ਹੈਂ, ਪੜੋਤਾ 68 ਸਾਲ ਦਾ ਹੋ ਗਿਆ ਜੀ। ਹੁਣ ਪਹਿਲੋਂ ਤਾਂ ਚਲੋ ਅਸੀਂ ਰਲ ਕੇ ਪਾਲ ਲਿਆ, ਹੁਣ ਜਿਹੜੀ ਸਾਡੀ ਨੂੰਹ ਉਹਦੀ ਨੂੰ, ਸਾਡੀ ਪੋਤ ਨੂੰ ਕਹਿ ਲੋ, ਉਹ ਰਲ ਕੇ ਪਾ ਰਹੀ ਆਪਣੇ ਬੱਚਿਆਂ ਨੂੰ, ਬੜਾ ਸੋਹਣਾ ਚੱਲੀ ਜਾਂਦਾ ਕੰਮ ਹੈ ਜੀ, ਤੇ ਬਹੁਤ ਵਧੀਆ ਪਿਆ ਨੇਗਾ, ਪਤਾ ਨੀ ਕਿੱਦਾਂ ਪੈ ਜਾਂਦਾ, ਠੀਕ ਹੈ? ਸਮੇਂ ਸਮੇਂ ਨਾਲ ਬੱਚੇ ਆਪਣਾ ਬਦਲੀ ਜਾਂਦਾ ਸਮਾਂ, ਟੈਕਨੋਲੋਜੀ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ, ਉਹਦੇ ਨਾਲ ਸਹਿਯੋਗ ਦਿਓ, ਉਹਨੂੰ ਮਾੜੇ ਕੰਮ ਤੋਂ ਰੋਕੋ, ਚੰਗੇ ਕੰਮ ਦੀ ਸਲਾਹ ਦਿਓ, ਤਾਂ ਕੋਈ ਐਡੀ ਗੱਲ ਨੀ, ਮੁਸ਼ਕਿਲ ਨੀ ਹੈਗਾ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਗਿਆਨ ਸਿੰਘ ਜੀ ਦੇ ਕੋਲ ਬੜਾ ਪਰਫੈਕਟ ਮਾਡਲ ਹੈਗਾ ਕਿ ਮਤਲਬ ਇਹ ਸਭ ਕੁਝ ਹੋ ਸਕਦਾ ਹੈ, ਪਿਆਰ ਨਾਲ ਸਮਝ ਕੇ ਕਿ ਹਾਂ ਨਵਾਂ ਜ਼ਮਾਨਾ ਵੀ ਹੈ, ਉਹ ਵੀ ਸਮਝਣ, ਨਵੇਂ ਵਾਲੇ ਵੀ ਸਮਝਣ ਕਿ ਉਹ ਕਿੱਥੋਂ ਆ ਰਹੇ ਹੈ। ਵੈਨ ਐਵਰ ਗ੍ਰੈਂਡ ਪੇਰੈਂਟਸ ਆਰ ਐਡਵਾਈਜ਼ਿੰਗ, ਅਤੇ ਵੀ ਉਹ ਵੇਅਰ ਆਰ ਦੇ ਕਮਿੰਗ ਫਰੋਮ,
ਸੋ ਡੈਫੀਨੇਟਲੀ ਇਹ ਹੋ ਸਕਦਾ ਹੋਰ ਜਿਹੜੀਆਂ ਮੈਂ ਜ਼ਰੂਰ ਇਨਵਾਈਟ ਕਰਦੀ ਹਾਂ ਹੋਰ ਕਾਲਸ ਕਰੋ ਜਸਟ ਟੂ ਅੰਡਰਸਟੈਂਡ ਕਿ ਇਹ ਬੈਲੈਂਸ ਜਿਵੇਂ ਹੈ ਉਹ ਕਿਸ ਤਰ੍ਹਾਂ ਸੋਹਣਾ ਬਣਾਇਆ ਜਾ ਸਕਦਾ ਔਰ ਵਾਕਈ ਤੁਸੀਂ ਸਮਝਦੇ ਹੋ ਕਿ ਹੁਣ ਪੇਰੈਂਟਿੰਗ ਆਸਾਨ ਹੈ ਔਰ ਪਹਿਲੇ ਜਿਵੇਂ ਇਹਨਾਂ ਦਾ ਕਹਿਣਾ ਕਿ ਹੁਣ ਆਸਾਨ ਹੈ ਤੁਹਾਡਾ ਕੀ ਕਹਿਣਾ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟ ਸੀ ਹੋਰ ਸਾਰੇ ਕੀ ਕਹਿ ਰਹੇ ਹੈ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਰਵਿੰਦਰ ਜੀ ਹਾਂਜੀ ਨਸੀਬ ਜੀ ਕੀ ਕਹਿੰਦੇ ਹੋ ਮੈਂ ਬਾਹਰੋਂ ਹੀ ਆਈ ਹਾਂ ਵੀ ਉਹ ਬੱਚੇ ਆ ਜਿਹੜੇ ਦਾਦਾ ਦਾਦੀ ਪਾਲ ਰਹੇ ਹਨ ਨਹੀਂ ਦੋਨੋਂ ਹੈਗੇ ਆ ਦਾਦੇ ਦਾਦੀ ਵੱਲੋਂ ਸਾਨੂੰ ਗੱਲ ਕਹੀ ਹੈ ਉਹ ਕਹਿੰਦੇ ਨੇ ਕਿ ਅਸੀਂ ਹੈਲਪ ਕਰਨ ਵਾਸਤੇ ਛੁੱਟੀਆਂ ਵੀ ਲੈਂਦੇ ਹਾਂ ਆਫ ਵੀ ਲਿੱਤੀ ਰਿਟਾਇਰਮੈਂਟ ਲਈ ਹਾਂਜੀ ਪਰ ਆਪਸ ਵਿੱਚ ਜਿਹੜੀ ਕਿ ਵੀ ਬੜਾ ਨਰਵਸ ਹੁੰਦੇ ਆ ਬੜੇ ਸਟ੍ਰੈਸ ਲੈਂਦੇ ਆ ਪੇਰੈਂਟਸ ਅੱਜ ਕੱਲ ਪਤਾ ਕੀ ਜਿਹੜੇ ਬੱਚਿਆਂ ਦੇ ਮਾਂ ਬਾਪ ਆ ਹਨਾ ਹਾਂਜੀ ਪਤਾ ਕੀ ਮੈਂ ਵੀ ਆਪਦੇ ਪੋਤੇ ਪੋਤੀਆਂ ਪਾਲੇ ਆ ਮੇਰੀ ਨੂੰਹ ਕੰਮ ਕਰਦੀ ਸੀ ਮੈਂ 7 ਸਾਲ ਦੀ ਬੇਟੀ ਪੋਤੀ ਕੀਤੀ ਪੋਤੇ ਕੀਤੇ ਪਰ ਪਤਾ ਕੀ ਆ ਸਾਡੇ ਘਰ ਚ ਮੈਂ ਉਹਨਾਂ ਨੂੰ ਤਾਂ ਪੋਤਾ ਵਿਚਾਰੀਆਂ ਨੇ ਮੈਨੂੰ ਐ ਫੜਾਤਾ ਬਹੁਤੀ ਦੇ ਬੱਚੇ ਵੀ ਮੰਮੀ ਤੁਹਾਨੂੰ ਸੀਰੀਅਸ ਆ ਮੈਂ ਛੋਟੀ ਉਮਰ ਦੀ ਆ ਵੀ ਮੈਂ ਇਹੋ ਜਿਹੇ ਬੱਚੇ ਪਾਲੇ ਜੇ ਰਹੇ ਰੱਬ ਦਾ ਨਾਂ ਤੇ ਗਲਤ ਗੱਲ ਆ ਜਿਹੜਾ ਉਹ ਕਹਿ ਰਹੇ ਆ ਵੀ ਜੋ ਆ ਉਹ ਐਕਸਪੀਰੀਅੰਸ ਹੁੰਦਾ ਭਾਵੇਂ ਉਹ ਲੱਖ ਵੀ ਇੱਥੋਂ ਦੇ ਨਹੀਂ ਉਹਨਾਂ ਨੂੰ ਪਤਾ ਉਹ ਜ਼ਿਆਦਾ ਹੈਗੇ ਆ ਪੜ੍ਹੇ ਲਿਖੇ ਨਹੀਂ ਪਰ ਇਹ ਉਹ ਗਲਤ ਆ ਤੁਸੀਂ ਉਹ ਕਵੇ ਕਹਿ ਤਾ ਭਾਈ ਆਪਦੀ ਮੰਮੀ ਡੈਡੀ ਨੂੰ ਬੁਲਾ ਲਾ ਮੰਮੀ ਨੂੰ ਬੁਲਾ ਲਾ ਮੇਰੀ ਨੂੰ ਕਹਿੰਦੀ ਮੰਮੀ ਹੁਣ ਤੂੰ ਪ੍ਰਿਯੰਕਾ ਨੂੰ ਬੇਟੀ ਨੂੰ ਪੋਤੀ ਨੂੰ ਮੇਰੇ ਨੂੰ ਰੱਖ ਲਾ ਬੇਬੀ ਮੇਰੀ ਬੇਟੀ ਨੂੰ ਤੇ ਮੈਂ ਅੱਜ ਨਾਲ ਪਾ ਲੈਣੀ ਹਸਪਤਾਲ ਤੋਂ ਆਈ ਤੇ ਉਹ ਟਕਾਰ ਨਾ ਦਵਾਇਆ ਬੇਚਾਰੀ ਸੀ ਵੀ 21-22 ਸਾਲ ਦੀ ਬਹੂ ਉਹ ਸਿੱਧਾ ਹੀ ਪਾਤਾ ਤੇ ਉਲਟੀ ਆ ਗਈ ਮੈਨੂੰ ਬੁਲਾਇਆ ਫਟਾਫਟ ਅੰਦਰ ਆ ਡਾਕਟਰ ਬੁਲਾਓ ਮੈਂ ਉਹਨੂੰ ਸਾਫ਼ ਕੀਤਾ ਮੈਂ ਕਿਹਾ ਕੁਛ ਨੀ ਹੋਇਆ ਤੂੰ ਟਕਾਰ ਨੀ ਦਵਾਇਆ ਤੇ ਮੁੰਡੇ ਨੇ ਮੇਰੇ ਨੇ ਮੈਨੂੰ ਮੁੰਡਾ ਫੜਾ ਤਾ ਤੇ ਕੁੜੀ ਫੜ ਲਈ ਵੱਡੀ ਮੰਮੀ ਜਿਵੇਂ ਮੇਰੀ ਕੁੜੀ ਪਾਲੀ ਆ ਨਾ ਤੈਨੂੰ ਸੀਰੀਅਸ ਸਾਨੂੰ ਕੋਈ ਨੀ ਅਸੀਂ ਨਵੇਂ ਨਵੇਂ ਆ ਤੇ ਤੂੰ ਆ ਚੱਕ ਮੁੰਡਾ ਮੇਰਾ ਤੂੰ ਪਾਲ ਤੇ ਮੈਂ ਇਹ ਰੇਸ ਮਾਰ ਕੇ ਪਾਲੇ ਸਨ ਅਸੀਂ ਆਪਦੇ ਬੱਚੇ ਜੰਮੇ ਆ ਪਾਲੇ ਸਾਨੂੰ ਇੰਨਾ ਐਕਸਪੀਰੀਅੰਸ ਆ ਬਿਲਕੁਲ ਅੱਜ ਕੱਲ੍ਹ ਦੇ ਐਵੇਂ ਪ੍ਰਤੀਤ ਨੀ ਕਰਦੇ ਬੱਚੇ ਸਹੀ ਹੈ ਬਿਲਕੁਲ ਇੱਕ ਇਤਬਾਰ ਹਾਂ ਮੈਂ 7 ਸਾਲ ਸੱਜ ਕਰੇ ਤੇ ਮੇਰੀ ਨੂੰਹ ਇੰਨੀ ਹੈਪੀ ਤੇ ਮੈਂ ਇੰਨੀ ਹੈਪੀ ਕੋਈ ਹਿਸਾਬ ਨੀ ਤੇ ਮੈਂ ਰਾਤ ਨੂੰ ਉੱਠ ਉੱਠ ਕੇ ਗਰਮ ਦੁੱਧ ਕਰਕੇ ਵਧੀਆ ਫਸਟ ਕਲਾਸ ਡੱਬੇ ਵਾਲਾ ਕੋਲੇ ਢਿੱਡ ਤੇ ਪਾ ਪਾ ਕੇ ਮੈਂ ਪਾਲੇ ਤੇ ਉਹਨਾਂ ਨੂੰ ਫੜਾਏ ਤੱਕ ਨੀ ਬੱਚੇ ਉਹਨਾਂ ਨੂੰ ਪੜੇ ਵੀ ਨੀ ਉਹ ਫਿਰ ਸਾਨੂੰ ਨੀ ਪਤਾ ਤੂੰ ਪਾਲ ਜਿਹਨੇ ਮੇਰੇ ਬੱਚੇ ਇੰਨੇ ਸਿਆਣੇ ਬਣਾਏ ਪੰਜਾਬੀ ਬੋਲਣ ਲਾਏ ਤੇ ਨਾ ਤੂੰ ਇੰਨੇ ਪਾਲੇ ਵਧੀਆ ਬੱਚੇ ਮੈਨੂੰ ਪਿਆਰ ਕਰਦੇ ਤੇ ਫਿਰ ਅੱਜ ਕੱਲ ਦੇ ਬੱਚਿਆਂ ਨੂੰ ਕੋਈ ਦੁੱਧ ਦਾ ਚਾਰ ਘੰਟੇ ਨੀ ਪਿਆਉਣਾ ਮੈਂ ਤਾਂ ਜਦੋਂ ਰੋਣਾ ਬੱਚੇ ਨੂੰ ਮੈਂ ਉਹਦੇ ਦੁੱਧ ਪਿਆ ਜਾਣਾ ਕੋਈ ਵਧੀਆ ਫਸਟ ਕਲਾਸ ਇੱਕ ਡਾਕਟਰ ਬਣ ਗਈ ਪੋਤੀ ਹੁਣ ਪੋਤੀ ਦਾ 92 ਦਾ ਜਨਮ ਆ ਤੇ ਪੋਤੇ ਦਾ 95 ਦਾ ਇੰਨੇ ਵਧੀਆ ਬੱਚੇ ਬਣਾਏ ਤੇ ਅੱਜ ਤੱਕ ਕਦਰ ਕਰਦੇ ਮੇਰੀ ਪੁੱਤ ਹਾਂ ਤੇ ਗਲਤ ਗੱਲ ਆ ਬੱਚੇ ਐਕਸਪੀਰੀਅੰਸ ਹੈਗਾ ਸਾਨੂੰ ਬਹੁਤ ਵਧੀਆ ਨਸੀਬ ਜੀ ਸਹੀ ਕਹਿ ਰਹੇ ਹੋ ਬਿਲਕੁਲ ਕਿ ਐਕਸਪੀਰੀਅੰਸ ਦੀ ਹੋਰ ਕੋਈ ਮੁਕਾਬਲਾ ਨਹੀਂ ਬਹੁਤ ਵਧੀਆ ਜਦੋਂ ਐਸੀ ਸਿਚੁਏਸ਼ਨ ਹੋਏ ਕਿ ਕੰਪਲੀਟ ਫੇਥ ਹੈ ਵੀ ਤੁਸੀਂ ਜੋ ਕਰਨਾ ਮੈਨੂੰ ਨਹੀਂ ਪਤਾ ਉਹ ਤਾਂ ਸਿਚੁਏਸ਼ਨ ਹੀ ਬਹੁਤ ਵਧੀਆ ਬਟ ਇੱਥੇ ਕੀ ਹੋ ਰਿਹਾ ਕਿ ਉਹ ਬੜੇ ਸਾਰੇ ਪੇਰੈਂਟਸ ਜਿਹੜੇ ਆ ਇਹੀ ਕਰ ਰਹੇ ਹੈ ਕਿ ਐਕਡੈਮਿਕ ਪਰਫੋਰਮੈਂਸ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਮੈਨੂੰ ਪਤਾ ਹੈ ਮੈਂ ਆਪਣੇ ਸਟਾਈਲ ਨਾਲ ਕਰਨਾ ਔਰ ਫਿਰ ਹੈਲਪ ਵੀ ਚਾਹੀਦੀ ਹੈ ਸੋ ਉੱਥੇ ਥੋੜ੍ਹਾ ਜਿਹਾ ਜਿਹੜਾ ਹੈ ਨਾ ਕਿ ਤੁਸੀਂ ਪਿਆਰ ਨਾਲ ਆਪਣੇ ਪੇਰੈਂਟਸ ਨੂੰ ਕਹਿ ਸਕਦੇ ਗ੍ਰੈਂਡ ਪੇਰੈਂਟਸ ਬੱਚੇ ਜਿਹੜੇ ਹੈ ਉਹਨਾਂ ਨੂੰ ਪਿਆਰ ਨਾਲ ਕਹਿ ਸਕਦੇ ਹੋ ਕਿ ਮੰਮਾ ਇੰਜ ਨਹੀਂ ਇੰਜ ਤੁਸੀਂ ਜਦਾ ਉੱਧਰੋਂ ਸਾਰੇ ਪਾਸੋਂ ਬੈਲੈਂਸ ਚਾਹੀਦਾ ਤੁਹਾਡਾ ਤਾਂ ਵਧੀਆ ਸੀ ਕਿ ਉਹਨਾਂ ਨੇ ਪੂਰਾ ਕੰਪਲੀਟ ਫੇਥ ਕੀਤਾ ਪਰ ਜਿੱਥੇ ਥੋੜ੍ਹਾ ਜਿਹਾ ਵੀ ਉਹ ਕਹਿੰਦੇ ਨਹੀਂ ਤੁਸੀਂ ਜ਼ਿਆਦਾ ਪਿਆਰ ਕਿਉਂ ਦਿੱਤਾ ਉਹ ਸੁਦਰਸ਼ਨ ਜੀ ਨੇ ਬਈ ਥੋੜ੍ਹੀ ਜਿਹੀ ਬਾਉਂਡਰੀ ਲਾਉਣੀ ਪਏਗੀ ਨਾਲੇ ਐਵਾ ਤੁਸੀਂ ਤਾਂ ਬਹੁਤ ਆਪਣਾ ਛੱਡ ਕੇ ਮਤਲਬ ਬੱਚੇ ਪਾਲੇ ਕਈ ਕਹਿੰਦੇ ਨਹੀਂ ਜੀ ਅਸੀਂ ਬੜੇ ਪਾਲ ਲਏ ਹੁਣ ਇਹ ਨਹੀਂ ਕਿ ਮੈਂ ਤੁਹਾਡੇ ਵੀ ਪੂਰੀ ਤਰ੍ਹਾਂ ਮੈਂ ਹੀ ਪਾਲਨੇ ਹੈ ਸੋ ਜਿਹੜਾ ਜਿਹਨੂੰ ਸੂਟ ਕਰਦਾ ਨਾ ਉਹ ਆਪਸ ਕਨਵਰਸੇਸ਼ਨ ਚਾਹੀਦੀ ਹੈ ਔਰ ਥੋੜ੍ਹਾ ਜਿਹਾ ਓਵਰਵੈਲਮਿੰਗ ਨਾ ਹੋ ਜਾਏ ਕਿਸੇ ਵਾਸਤੇ ਵੀ ਲੈਟਸ ਸੀ ਇਹ ਕੀ ਕਹਿ ਰਹੇ ਨੇ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਪਾਲ ਸਿੰਘ ਦੁਬਾਰਾ ਹਾਂਜੀ ਦੱਸੋ ਕੀ ਕਹਿੰਦੇ ਹਾਂਜੀ ਇਜਾਜ਼ਤ ਦੇ ਉੱਤੇ ਦੱਸੋ ਕੀ ਕਹਿੰਦੇ
ਗੱਲ ਇਹ ਹੈ ਕਿ ਪਹਿਲੇ ਤੇ ਮੈਂ ਰਾਜ ਜੀ ਦਾ ਸ਼ੁਕਰੀਆ ਕਰਾਂਗਾ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਜਦ ਤੁਹਾਡਾ ਕਿ ਵੀ ਉਹਨਾਂ ਨੇ ਪਹਿਲੇ ਅੰਗਰੇਜ਼ੀ ਵੀ ਚੰਗੀ ਤਰ੍ਹਾਂ ਬੋਲੀ ਔਰ ਪੰਜਾਬੀ, ਕਿਉਂਕਿ ਇਹ ਜਿਹੜਾ ਸਾਡਾ ਤੁਹਾਡਾ ਦੁਪਹਿਰ ਦਾ ਪ੍ਰੋਗਰਾਮ ਹੈ ਨਾ, ਉਹ ਲੇਡੀਜ਼ ਦੇਖਦੀਆਂ ਨੇ ਜਿਹਨਾਂ ਮੇਰੇ ਵਰਗਿਆਂ 'ਚ ਨਾ ਇੰਗਲਿਸ਼ 'ਚ ਹੱਥ ਤੰਗ ਹੁੰਦਾ। ਠੀਕ ਹੈ, ਹਾਂਜੀ। ਤੇ ਮੇਰਾ ਤੇ ਮੈਂ ਤੇ ਦੇਖੋ ਗੱਲ ਇਹ ਕਿ ਸਾਇੰਸ ਦਾ ਸਟੂਡੈਂਟ ਆ, ਇੰਗਲਿਸ਼ 'ਚ ਵੀ ਹੱਥ ਤੰਗ ਹੈ, ਹਿੰਦੀ ਪੰਜਾਬੀ 'ਚ ਕਰਕੇ ਗੁਜ਼ਾਰਾ ਕਰੀ। ਮੈਂ ਤਾਂ ਉਹਨਾਂ ਦੀ ਇੰਗਲਿਸ਼ ਵੀ ਚੰਗੀ ਤਰ੍ਹਾਂ ਸਮਝ ਸਕਿਆ, ਪੰਜਾਬੀ ਵੀ ਚੰਗੀ ਤਰ੍ਹਾਂ। ਉਹਨਾਂ ਨੇ ਏਡੀ ਮਿੱਠੀ ਪੰਜਾਬੀ ਬੋਲੀ ਤੇ ਮੈਂ ਸਾਰੇ ਜਿਹੜੇ ਸਰੋਤਿਆਂ ਨੂੰ ਕਹਾਂਗਾ ਅਸੀਂ ਪੰਜਾਬੀ ਬੋਲੀਏ ਜਾਂ ਹਿੰਦੀ ਬੋਲੀਏ, ਜਿਹੜੇ ਕਿ ਜਿਹਨਾਂ ਦਾ ਹੱਥ ਅੰਗਰੇਜ਼ੀ ਤੰਗ ਹੋਵੇ ਉਹ ਸਮਝ ਸਕਣ। ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਔਰ ਦੂਜੀ ਗੱਲ ਇਹ, ਮੇਰੇ ਜਿਹੜੇ ਇੱਕ ਵੀਰ ਕਹਿ ਗਏ ਕਿ ਜੀ ਡਾਇਪਰ ਬਦਲਣ ਵਾਸਤੇ, ਗੱਲ ਇਹ ਆ ਕਿ ਅਸੀਂ ਉਹ ਕਿਸੇ ਨੇ ਸੱਪ ਨੂੰ ਕਿਹਾ ਸੀ ਤੂੰ ਜੰਗਲਾ ਤੇ ਛੱਡ ਦੇ ਪਰ ਫੁਕਾਰ ਦੇ ਨਾ ਛੱਡ। ਓਕੇ, ਹਾਂ ਤੇ ਸਾਨੂੰ ਜੇ ਨੂੰ ਜਾਂ ਜਵਾਈ ਸਾਨੂੰ ਜੇ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਬਿਲਕੁਲ, ਮੈਂ ਮੰਨਦਾ ਅਸੀਂ ਦਾਦਾ ਦਾਦੀ ਨਾਨਾ ਨਾਨੀ ਅਨਪੇਡ ਨੌਕਰ ਆ, ਸਾਡੀਆਂ ਆਂਦਰਾਂ ਨੇ, ਪਰ ਜੇ ਸਾਨੂੰ ਕੋਈ ਐਕਸਪਲੋਇਟ ਕਰੇ ਇਹ ਸਾਨੂੰ ਵੇਖਣਾ ਚਾਹੀਦਾ ਅਸੀਂ ਕੀ ਕਰਦੇ। ਜੀ 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 ਜੀ। ਔਰ ਅਖੀਰਲੀ ਗੱਲ, ਅਸੀਂ ਜਿਹੜੇ ਫਾਇਰ ਅਲਾਰਮ ਨਾ ਬਣ ਕੇ ਰਹਿ ਜਾਈਏ। ਉਹ ਇੱਕ ਨੇ ਕਿਸੇ ਨੇ ਕਿਹਾ ਜੀ ਇਹ ਕੌਣ ਹੈ ਤੇਰੀ, ਕਹਿੰਦੀ ਦਿਸ ਇਜ਼ ਮਾਈ ਫਾਇਰ ਅਲਾਰਮ। ਉਹ ਕਹਿੰਦਾ ਕੀ ਮਤਲਬ, ਉਹ ਇਹ ਸੀਗਾ ਕਿ ਜਿਹੜੀ ਗ੍ਰੈਂਡ ਮਦਰ ਸੀ ਉਹ ਰੋਜ਼ ਸਵੇਰੇ ਆਰਤੀ ਕਰਦੀ ਸੀ ਤੇ ਉਹ ਧੂਪ ਜਗਾਉਂਦੀ ਸੀ, ਉਹ ਫਾਇਰ ਅਲਾਰਮ ਵੱਜ ਪੈਂਦਾ ਸੀ। ਓਕੇ, ਉਹ ਗ੍ਰੈਂਡ ਕਿਡਸ ਬੜੇ ਔਖੇ ਸਨ, ਬਈ ਬੜਾ ਬਣਾ ਲਿਆ ਸਾਰਿਆਂ ਵਾਲਾ, ਪਰ ਉਹਨੇ ਆਰਤੀ ਕਰਦੀ ਹੈ ਉਹਨੇ ਉਹ ਲਗਾਉਣਾ। ਤੇ ਇਸ ਕਰਕੇ ਅਸੀਂ ਜ਼ਿੰਦਗੀ ਨੂੰ ਬੈਲੈਂਸ ਕਰਕੇ ਚੱਲੀਏ, ਅਸੀਂ ਆਪਣੀ ਇੰਡੀਵਿਜੁਅਲਿਟੀ ਔਰ ਆਪਣਾ ਹਾਂ, ਪਰ ਕਿਸੇ ਹੱਦ ਤੱਕ ਨਾ ਛੱਡੀਏ। ਬਿਲਕੁਲ ਇਹ ਹੈਗਾ, ਮੈਂ ਤੇ ਜੇ ਡਾਇਪਰ ਬਦਲਣਾ, ਜੇ ਪੇਰੈਂਟਸ ਨਹੀਂ ਹੈਗੇ ਤੇ ਹੈਗੇ ਨਹੀਂ ਹੈਗੇ ਤੇ ਉਹ ਡਾਇਪਰ ਬਦਲਣ 'ਚ ਕੋਈ ਹਰਜ ਨਹੀਂ, ਪਰ ਮੇਰੀ ਤੇ ਵਾਈਫ ਨੇ ਬਦਲਿਆ ਕਈ, ਪਰ ਜੇ ਉਹ ਜੇ 'ਚ ਨਹੀਂ ਹੈਗੇ ਕੋਈ ਕੋਲ, ਜੇ ਅਸੀਂ ਬਦਲ ਦਿੱਤਾ ਤੇ ਬਹੁਤ ਸਾਨੂੰ ਹੀ ਆਣੀ ਤੇ ਅਨਕੰਫਰਟੇਬਲ ਹੋਣਾ, ਪਰ ਜੇ ਸਾਨੂੰ ਕੋਈ ਆਖੇ ਹਾਂ ਜਵਾਈ ਆਖੇ ਜਾਂ ਨੂੰ ਆਖੇ ਉਹਨੂੰ ਬਦਲ ਦਿਓ ਜੀ, ਹਾਂ ਕੀ ਕਰਦੇ ਬੁੱਢੇ, ਤੇ ਤੂੰ ਤੇ ਵਿਹਲਾ ਹੀ ਵਿਹਲਾ ਹੈ, ਕਰਦੇ ਕਰ ਤੂੰ, ਫਿਰ ਤੂੰ ਵਿਹਲਾ ਵਿਹਲਾ, ਅਸੀਂ ਵਿਹਲੇ ਨਹੀਂ ਹੈਗੇ। ਥੈਂਕ ਯੂ ਸੋ ਮਚ। ਨਹੀਂ ਬਿਲਕੁਲ, ਆਈ ਐਗਰੀ ਵਿਦ ਯੂ ਕਿ ਤੁਸੀਂ ਸਿਰਫ ਖਾਲੀ ਇਹ ਜਾਂ ਇਹ ਨਹੀਂ ਹੋ ਸਕਦਾ, ਯੂ ਹੈਵ ਟੂ ਸੀ ਤੁਹਾਡੀ ਸਿਚੁਏਸ਼ਨ 'ਚ ਕੋਈ ਕੋਈ ਜਿਹੜਾ ਕਮਾਂਡ ਉਹੀ ਜਿਹੜਾ ਰਿਕੁਐਸਟ ਹੈ ਉਹ ਕਿਸ ਹਿਸਾਬ ਨਾਲ ਕਰ ਰਿਹਾ। ਸੋ ਆਪਣੀ ਇੰਡੀਵਿਜੁਅਲਿਟੀ ਜ਼ਰੂਰ ਰੱਖਣੀ ਹੈ ਔਰ ਫਿਰ ਇੰਜੋਏ ਕਰਨ ਦੇ ਵਾਸਤੇ ਜੋ ਕਰਨਾ ਹੈ ਕਰ ਸਕਦੇ ਹੋ। ਮਜਬੂਰੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਇੰਨਾ ਵਧੀਆ ਉਹਦਾ ਕਿਸੇ ਨੂੰ ਵੀ ਰਿਜ਼ਲਟ ਨਹੀਂ ਮਿਲਣਾ। ਸੋ ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਮਨ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਕੋਲ ਬਸ ਇੱਕ ਮਿੰਟ ਹੈ, ਦੱਸੋ ਕੀ ਕਹਿੰਦੇ ਹੋ। ਹਾਂਜੀ, ਬੱਚਿਆਂ ਦੀ ਪਾਲਣ ਦੀ ਗੱਲ ਹੋ ਰਹੀ ਅਰਮਨ ਜੀ, ਮੈਂ ਵੀ ਇਹੀ ਕੰਮ ਕੀਤਾ। ਅੱਛਾ ਜੀ। ਹਾਂਜੀ, ਪਰ ਮੈਂ ਵੀ ਜਿੱਦਾਂ ਭੈਣ ਜੀ ਦੱਸ ਕੇ ਹਟੇ, ਮੈਂ ਵੀ ਆਪਣਿਆਂ ਬੱਚਿਆਂ ਤੋਂ ਵੱਧ ਪਾਲੇ, ਆਪਣੀਆਂ ਪੋਤੀਆਂ ਮੇਰੇ ਦੋ ਜੀ, ਤੇ ਇੱਕ ਮਹੀਨੇ ਦੀ ਪੋਤੀ ਸੀ ਜਿੱਦਣ ਮੇਰੀ ਨੂੰਹ ਛੱਡ ਕੇ ਇੰਡੀਆ ਨੂੰ ਚੱਲ ਗਈ ਸੀ ਦੋਹਾਂ ਨੂੰ ਹੀ। ਅੱਛਾ ਜੀ। ਘੁੰਮਣ ਫਿਰਨ, ਤਾਂ ਅਰਮਨ ਜੀ ਤਾਂ ਮੈਨੂੰ ਮੱਝ ਚੱਕਰ ਕਹਿੰਦੀ ਤੂੰ ਮਾਂ ਬਣਨ ਦੀ ਕੋਸ਼ਿਸ਼ ਨਾ ਕਰ। ਅੱਜ ਤੱਕਰ ਹਰਬਨ ਜੀ ਜੇ ਮੈਂ ਰੋਟੀ ਪਾਣੀ ਵੀ ਦਿੰਦੀ ਨਾ ਕੁੜੀਆਂ ਨੂੰ ਤਾਂ ਟੁੱਟ ਕੇ ਪੈਂਦੀ ਤੇ ਮੱਖਣੀ ਕਿਉਂ ਦੇਤੀ ਤੇ ਆ ਕਿਉਂ ਦੇਤਾ। ਤੇ ਹਰਬਨ ਜੀ ਕੋਈ ਨੀ ਸਮਝਦਾ, ਅਸੀਂ ਕਹਿੰਦੇ ਤਾਂ ਹੈਗੇ ਆਪਣੀਆਂ ਵਿਆਜ ਨਾਲੋਂ ਮੂਲ ਪਿਆਰਾ ਹੁੰਦਾ, ਪਰ ਸਮਝਦੀਆਂ ਨੀ ਹੁਣ ਦੀਆਂ ਕੁੜੀਆਂ। Thank you so much, thank you so much. It's a, you know, my heart goes out to this woman and I'm all ਕਿ ਉਹ ਸਿਚੁਏਸ਼ਨ ਵੀ ਸਭ ਕੁਛ ਛੱਡਾ ਕੇ ਕਰੀਦਾ ਔਰ ਫਿਰ ਵਾਪਸੀ 'ਚ ਕੀ ਮਿਲਦਾ, ਇਸੀ ਪਿੱਛੇ ਬਹੁਤ ਜ਼ਰੂਰੀ ਹੈ। ਬੜਾ ਅੱਛਾ ਰਿਮਾਈਂਡਰ ਹੈ ਕਿ ਜੋ ਬੜਾ ਕੰਫਰਟੇਬਲ ਹੈ, ਜਿਹਨੂੰ ਤੁਸੀਂ ਇੰਜੋਏ ਕਰ ਰਹੇ ਹੋ ਉਨਾ ਕਰੋ ਔਰ ਫਿਰ ਉਸ ਤੋਂ ਬਾਅਦ ਛੋੜ ਦਿਓ, ਐਕਸਪੈਕਟੇਸ਼ਨ ਜ਼ੀਰੋ। ਕੱਲ੍ਹ ਨੂੰ ਕੀ ਉਹ ਦੇਣ ਨਾ ਦੇਣ, ਤੁਸੀਂ ਜਿਹੜਾ ਇੰਜੋਏ ਕੀਤਾ ਨਾ ਉਹਨਾਂ ਨੂੰ ਪਾਲਣਾ, ਉਹਦੇ ਵਿੱਚ ਹੀ ਤੁਹਾਨੂੰ ਸਭ ਕੁਛ ਮਿਲ ਗਿਆ। ਪਰ ਕੱਲ੍ਹ ਨੂੰ ਉਹ ਕਹਿੰਦੇ ਨੇ ਵਾਕਈ ਜਦੋਂ ਸੋਹਣੀ ਤਰ੍ਹਾਂ ਬੌਂਡਿੰਗ ਬਣਦੀ ਹੈ ਔਰ ਪਿਆਰ ਨਾਲ ਤੁਸੀਂ ਪਾਲਦੇ ਹੋ, ਉਹ ਬੱਚੇ ਵਾਕਈ ਠੰਡ ਤੁਹਾਨੂੰ ਸਿੰਗੜਦੇ ਹੋਏ ਦੇਖ ਕੇ ਕੰਬਲ ਪਾਣਗੇ, ਅੱਜ ਨਹੀਂ ਕੱਲ੍ਹ ਜ਼ਰੂਰ ਪਾਣਗੇ। ਪਰ ਓਵਰਆਲ ਕੀ ਰਿਸਪੋਂਸ ਮਿਲਦਾ ਹੈ, ਉਸ ਐਕਸਪੈਕਟੇਸ਼ਨ ਤੋਂ ਬਾਹਰ ਹੋ ਕੇ ਉਨਾ ਹੀ ਕਰੋ, ਬੜਾ ਜ਼ਰੂਰੀ ਹੈ ਉਨਾ ਹੀ ਕਰੋ ਜਿੰਨਾ ਕਿ ਬਹੁਤ ਖੁਸ਼ ਹੋ ਕੇ ਕਰ ਰਹੇ ਹੋ ਔਰ ਯੂ ਨੋ ਆਪਣੀ ਕੋਸਟ 'ਤੇ ਨਹੀਂ ਕਰ ਰਹੇ ਹੋ। ਇਹ ਜ਼ਰੂਰ ਕਹਾਂਗੇ, ਬਟ ਦਿਸ ਲਾਸਟ ਕਾਲ ਰੀਅਲੀ ਰੀਅਲੀ ਰਿਮਾਈਂਡਡ ਅਸ, ਹੋਰ ਕੁਛ ਕਹਿਣਾ ਦਾ ਉਨਾ ਯੂ ਨੋ ਫਾਇਦਾ ਨਹੀਂ ਹੋਏਗਾ ਜਿਹੜਾ ਅਸੀਂ ਇਹਨਾਂ ਦੀ ਗੱਲ ਸੁਣ ਕੇ, ਕਿ ਇੱਕ ਬੜੀ ਅੱਛੀ ਜਿਹੀ ਬਾਉਂਡਰੀ ਤੁਹਾਨੂੰ ਡਰਾ ਕਰਨੀ ਪਏਗੀ ਕਿ ਕਿੰਨਾ ਤੁਸੀਂ ਕਰ ਸਕਦੇ ਹੋ ਕਿੰਨਾ ਕਰੋ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।